स्वागत, मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं जी आया आखदा थैंक यू जी, शुक्रिया जी। पंजाब दे विच एक नवां वर्तारा वापर रहा, इस वेले दे घाग पॉलिटिशियन भी लोगों की नब्ज़ नूं समझण तों असमर्थ ने, टटोल जरूर रहे ने। अकाली दल एक तो वध हर रोज प्रोग्राम कर रहा और उहदे विच भरवें इकट्ठ ने, लोग मन नहीं दे रहे, पर कांग्रेस लगातार धरने मजारे कर रही है, लेकिन उन्होंने भी समझ नहीं आ रही कि लोग चाह की रहे हैं। और शायद इतिहास में पहली बारी है कि सत्ताधारी धिर सत्ता मिलने तो इन्ने थोड़े अरसे दे विच ही लियो लेंदी नजर आती है। सामने पार्लीमानी इलेक्शन खड़ी है और लोग अपना वरतांत बुन रहे हैं, अपना एक नवा नैरेटिव सिरज रहे हैं। वो की नैरेटिव आ, इहदी किसे नूं कोई समझ नहीं आ रही, ना किसे तो था पाई जा रही है। की पंजाब दे मुद्दियां नूं इह लोक समझ नहीं पा रहे, पंजाब दे लोक चाहुंदे की आ, इहदे संबंधी सारे लगभग कोरे ने, टिल सारे ला रहे आ, प्रवानगी किसे नूं नहीं मिल रही। सो अज दा सब तो अहम सवाल ही यही है कि पोलिटिकल पार्टियां रद्द होईयां जां प्रवान चढ़ियां, उन्हां सारियां दे विच्चों कोई भी लोक नज़र दे विच इस वेले दुद्ध धोता नहीं रह गया। ਇਹ ਬੜਾ ਅਜੀਬ ਗਰੀਬ ਵਰਤਾਰਾ ਹੋਊਗਾ, ਕੋਈ ਵੱਡੀ ਗੱਲ ਨਹੀਂ ਕਿ ਸੱਤਾਧਾਰੀ ਧਿਰ ਨੂੰ ਬਹੁਤ ਵੱਡੀ ਸਟਰਗਲ ਕਰਨੀ ਪੈ ਜੇ 24 ਦੀ ਇਲੈਕਸ਼ਨ ਦੇ ਵਿੱਚ, ਔਰ ਇਹ ਸਟਰਗਲ ਬਹੁਤ ਭਾਰੀ ਵੀ ਪੈ ਸਕਦੀ ਹੈ। ਇਸ ਸਵਾਲ ਨੂੰ ਅੱਜ ਐਡਰੈਸ ਕਰਦੇ ਹਾਂ ਕਿ ਜਦੋਂ ਨਵਜੋਤ ਸਿੰਘ ਸਿੱਧੂ ਵਰਗਾ ਸਿਆਸਤ ਨੂੰ ਬਹੁਤ ਥੋੜਾ ਸਮਾਂ ਦੇਣ ਵਾਲਾ ਵਿਅਕਤੀ ਜਦੋਂ ਇਹ ਕਹਿੰਦਾ ਹੈ ਕਿ INDIA ਇੰਡੀਆ ਗੱਠਜੋੜ ਪਹਾੜ ਵਰਗਾ ਹੈ, ਛੋਟੇ ਮੋਟੇ ਤੂਫਾਨ ਇਹਨੂੰ ਹਿਲਾ ਨਹੀਂ ਸਕਦੇ, ਔਰ ਚੋਣ ਪ੍ਰਧਾਨ ਮੰਤਰੀ ਦੀ ਆ, ਪ੍ਰਧਾਨ ਮੰਤਰੀ ਦੀ ਚੋਣ ਹੈ, ਮੁੱਖ ਮੰਤਰੀ ਦੀ ਚੋਣ ਨਹੀਂ, ਤਾਂ ਫਿਰ ਮੈਨੂੰ ਯਾਦ ਆਉਂਦਾ ਹੈ ਜਦੋਂ ਅਰੁਣ ਜੇਟਲੀ ਲੜ ਰਹੇ ਸੀ ਅੰਮ੍ਰਿਤਸਰ ਤੋਂ, ਤੇ ਕੈਪਟਨ ਅਮਰਿੰਦਰ ਸਿੰਘ ਵੀ ਲੜ ਰਹੇ ਸੀ ਮੁਕਾਬਲੇ ਤੇ, ਉੱਤੇ ਪ੍ਰਧਾਨ ਮੰਤਰੀ ਮੋਦੀ ਦੀ ਲਹਿਰ ਸੀ ਤੇ ਪੰਜਾਬ ਦੇ ਵਿੱਚ ਕੁਝ ਹੋਰ ਹੀ ਨਜ਼ਰੀਏ ਤੋਂ ਲੋਕ ਅੱਗੇ ਵੱਧ ਰਹੇ ਸੀਗੇ। ਸੋ ਇਸ ਖਿੱਤੇ ਦੇ ਵਿੱਚ ਚੀਜ਼ਾਂ ਨੂੰ ਸਮਝਣਾ ਸੁਖਾਲਾ ਹੀ ਨਹੀਂ, ਕਿਸੇ ਨੇ ਇਹ ਸੋਚਿਆ ਨਹੀਂ ਸੀ, ਕਿਆਸਿਆ ਨਹੀਂ ਸੀ ਕਿ ਬਨਵੇਂ ਨਾਲ ਆਉਣਗੇ। ਹੁਣ ਦੇ ਮੁੱਖ ਮੰਤਰੀ ਜੇ ਇਹ ਗੱਲ ਮੰਨ ਲੈਣ ਤਾਂ ਚੰਗਾ ਹੈ, ਕਿ ਉਹ ਵੀ ਬਹੁਤ ਵਾਰੀ ਇਹ ਗੱਲ ਕਰਦੇ ਹੁੰਦੇ ਸੀਗੇ ਕਿ ਅਸੀਂ 60-65-70 ਤੱਕ ਜਾਵਾਂਗੇ, 92 ਤੱਕ ਉਹਨਾਂ ਨੂੰ ਵੀ ਕੋਈ ਅੰਦਾਜ਼ਾ ਨਹੀਂ ਸੀ। ਸੋ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਜਦੋਂ ਪੋਲੀਟੀਸ਼ੀਅਨ ਲੋਕਾਂ ਨੂੰ ਸਮਝਣ 'ਚ ਸਮਰੱਥ ਹੋ ਜਾਣ, ਸਮਾਜ ਦੀ ਬੇਚੈਨੀ ਦੀ ਥਾਂ ਪਾਉਣੀ ਹੋਰ ਜ਼ਿਆਦਾ ਜ਼ਰੂਰੀ ਹੋ ਜਾਂਦੀ ਆ। ਲੋਕਾਂ ਦੇ ਮੁੱਦੇ ਕੀ ਆ ਜਿਹੜੇ ਐਡਰੈਸ ਨਹੀਂ ਹੋ ਰਹੇ, ਜਿਹਨਾਂ ਤੋਂ ਲੋਕ ਇਹਨਾਂ ਤੋਂ ਬਹੁਤ ਛੇਤੀ ਵੱਧ ਜਾਣ ਤੇ ਨਿਰਾਸ਼ ਹੋ ਰਹੇ ਆ। ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਮਝ ਦੀ ਲੋੜ ਹੈ, ਕਿਸ ਤਰ੍ਹਾਂ ਦੀ ਕਮਿਊਨਿਟੀ ਰਹਿ ਰਹੀ ਆ, ਇੱਥੇ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਆ, ਉਹਨਾਂ ਦੇ ਸਹੀ ਮਾਇਨਿਆਂ ਦੇ ਵਿੱਚ ਮਸਲੇ ਕੀ ਨੇ, ਧਾਰਮਿਕ ਤੋਂ ਲੈ ਕੇ ਰਾਜਨੀਤਿਕ ਤੱਕ ਕਿਸੇ ਦੇ ਉੱਤੇ ਸ਼ਾਇਦ ਕਿਸੇ ਦੀ ਵੀ ਪਕੜ ਹੈ ਨਹੀਂ। ਸੋ ਮੈਂ ਗੱਲ ਤੋਰਨ ਲਈ ਤੁਹਾਨੂੰ ਕਹੂੰਗਾ ਕਿ ਜਦੋਂ ਐਸੇ ਦੇ ਵਿੱਚ ਕੋਈ ਕਵੇ ਕਿ ਕੋਈ ਗੱਠਜੋੜ ਬਹੁਤ ਪਹਾੜ ਵਰਗਾ ਹੈ, ਤਾਂ ਮੈਨੂੰ ਲੱਗਦਾ ਹੈ ਕਿ ਉਹਨੂੰ ਸਿਆਸੀ ਸਮਝ ਤੋਂ ਕੋਰੇ ਮੰਨਣਾ ਕੋਈ ਵੱਡੀ ਗੱਲ ਨਹੀਂ ਹੁੰਦੀ। ਪਹਿਲਾਂ ਤਾਂ ਆਪਾਂ ਨੂੰ ਇਹ ਗੱਲ ਬੜੀ ਸਮਝ ਲੈਣੀ ਚਾਹੀਦੀ ਹੈ ਆਰਾਮ ਨਾਲ, ਕਿ ਜਿਹੜਾ ਇਹ ਖਿੱਤਾ ਹੈ, ਇਹਦੀ ਕਲਚਰ, ਇਹਦਾ ਸੁਭਾਅ, ਇਹਦਾ ਪੌਣ ਪਾਣੀ, ਜਿਹਨੂੰ ਅਸੀਂ ਬਾਕੀ ਇੰਡੀਆ ਕਹਿੰਦੇ ਹਾਂ, ਉਹ ਤੋਂ ਵੱਖਰਾ ਹੈ। ਇਹ ਇਤਿਹਾਸ ਦੇ ਵਿੱਚ ਇਹਦਾ ਥਾਂ ਬੜੇ ਹੋਰ ਤਰ੍ਹਾਂ ਦੇ ਨਾਲ ਸਾਹਮਣੇ ਆਉਂਦਾ ਹੈ। ਜਦੋਂ ਇਹ ਇੰਡੀਅਨ ਸਬ ਕੰਟੀਨੈਂਟ ਸੀ, ਉਹਦੇ ਨਾਲ ਮਿਲਦਾ ਨਹੀਂ ਬਿਲਕੁਲ ਹੀ, ਅਤੇ ਜਦੋਂ ਖਿੱਤਾ ਹੀ ਵੱਖਰਾ ਹੈ ਅਤੇ ਇਹਦੇ 'ਤੇ ਉਹ ਪੈਮਾਨੇ ਲਾਗੂ ਨਹੀਂ ਹੋਣਗੇ ਜਿਹੜੇ ਬਾਕੀ ਇੰਡੀਆ 'ਤੇ ਲਾਗੂ ਹੁੰਦੇ ਆ। ਜਦੋਂ ਮੈਂ ਇਸ ਖਿੱਤੇ ਦੀ ਗੱਲ ਕਰਦਾ, ਮੈਂ ਉਸ ਜ਼ਮਾਨੇ ਦੀ ਵੀ ਗੱਲ ਕਰਦਾ ਜਦੋਂ ਪਾਕਿਸਤਾਨ ਦਾ ਪੰਜਾਬ ਇਹਦੇ ਨਾਲ ਸੀ, ਅਤੇ ਇਹ ਖਿੱਤਾ ਹੁਣ ਦਾ ਬੰਗਲਾਦੇਸ਼ ਉਹ ਵੀ ਇਹਦਾ ਪਾਰਟ ਸੀਗਾ। ਬੜੀ ਯੂਨੀਕ ਪੋਜੀਸ਼ਨ, ਹਜੇ ਮੈਂ ਕੱਲ੍ਹ ਵੀ ਇਹ ਆਸਪੈਕਟ ਇਹਦਾ ਸਟੱਡੀ ਕਰ ਰਿਹਾ ਸੀ ਬੈਠਾ, ਕਿ ਇਹ ਪੰਜਾਬ ਦਾ ਖਿੱਤਾ ਆਖਰ ਹੈ ਕੀ। ਅੱਜ ਭਗਵੰਤ ਮਾਨ ਨੇ ਹੁਣੇ ਹੀ 5 ਮਿੰਟ ਪਹਿਲਾਂ ਟਵੀਟ ਕੀਤਾ, ਚਲੋ ਉਹਦੇ 'ਚ ਲੈਂਗੁਏਜ ਗਲਤ ਹੋ ਗਈ ਥੋੜ੍ਹੀ ਜਿਹੀ। ਉਹ ਕਹਿੰਦੇ ਵੀ ਇਹ ਇੱਕੋ ਹੀ ਦੁਨੀਆਂ 'ਚ ਖਿੱਤਾ ਹੈ ਜਿੱਥੇ 150 ਮਣ ਦਾਣੇ ਹੁੰਦੇ ਆ, 150 ਮਿਲੀਅਨ ਟਨ ਕਹਿਣਾ ਮੇਰਾ ਖਿਆਲ ਕਹਿਣਾ ਸੀ ਉਹਨਾਂ ਨੇ, ਮੈਂ ਸਪੀਚ ਸੁਣੀ ਨਹੀਂ ਜਿਹੜੀ ਟਵੀਟ ਕੀਤੀ, ਨਾਲ ਸਪੀਚ ਵੀ ਉਹਦੀ ਹੈਗੀ, ਮੈਂ ਟਵੀਟ ਦੇ ਪੰਜਾਬੀ ਪੜ੍ਹੀ, ਪੰਜਾਬੀ 'ਚ ਕੀਤੀ ਵੀ ਹੈ। ਜਿੱਥੇ ਇੰਨੀ ਇੱਕੋ ਦੁਨੀਆਂ ਦੇ ਵਿੱਚ ਖਿੱਤਾ ਹੈ, ਮੈਂ ਇਕਨੋਮਿਕ ਤੌਰ 'ਤੇ ਆਇਡੈਂਟੀਫਾਈ ਨਾਲ ਕਰ ਦਿੰਦਾ ਵੱਖਰੀ ਤਰ੍ਹਾਂ ਦੇ ਨਾਲ, ਇੱਕ ਤਾਂ ਮੈਂ ਇਹਦੀ ਕਲਚਰ ਅਤੇ ਜਿਹੜਾ ਸੁਭਾਅ ਹੈ ਉਹਦੀ ਗੱਲ ਕੀਤੀ ਹੈ ਕਿ ਉਹ ਬਿਲਕੁਲ ਵੱਖਰਾ ਹੈ। ਦੂਸਰਾ,
ਇਹਦੀ ਪ੍ਰੈਜ਼ੈਂਟ ਇਕਨੋਮੀ ਬੜੀ ਕਮਾਲ ਦੀ ਕੰਟਰਡਿਕਸ਼ਨ ਹੈ ਇੱਥੇ ਸਾਰੀ। ਇਹ ਦੁਨੀਆ ਦੇ ਵਿੱਚ ਇੱਕੋ ਹੀ ਖਿੱਤਾ ਹੈ, ਇੰਨਾ ਖਿੱਤਾ ਹੈ ਜਿਹਦੇ ਵਿੱਚ ਦੋ ਵਾਰ ਸਾਲ ਦੇ ਵਿੱਚ ਇੰਨੀ ਵੱਡੀ ਕੁਆਂਟਿਟੀ ਇੱਕ ਬਹੁਤ ਛੋਟੇ ਸਮੇਂ ਦੇ ਵਿੱਚ ਪ੍ਰੋਕਿਓਰਮੈਂਟ ਪ੍ਰੋਕਿਓਰ ਕੀਤੀ ਜਾਂਦੀ ਹੈ, ਪ੍ਰੋਕਿਓਰਮੈਂਟ ਹੁੰਦੀ ਹੈ, ਬੜੀ ਹਿਊਜ ਕੁਆਂਟਿਟੀ ਹੈ। ਇਹ ਦੁਨੀਆ ਦੇ ਵਿੱਚ ਕਿਤੇ ਤੁਹਾਨੂੰ ਐਗਜ਼ਾਮਪਲ ਨਹੀਂ ਮਿਲਦੀ ਕਿ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਇੰਨੇ ਥੋੜ੍ਹੇ ਖਿੱਤੇ ਦੇ ਵਿੱਚ ਇੰਨੀ ਅਮਾਊਂਟ ਅਨਾਜ ਦੀ ਪ੍ਰੋਕਿਓਰ ਕੀਤੀ ਜਾਵੇ ਅਤੇ ਇੰਨੀ ਮਾਰਕੀਟ 'ਚ ਆਉਂਦੀ ਹੋਵੇ। ਔਰ ਫਿਰ ਵੀ ਅਸੀਂ ਕਹਿੰਦੇ ਵੀ ਸਾਡੀ ਇਕਾਨਮੀ ਮਾੜੀ ਹੈ ਜੀ ਬਹੁਤ। ਜਦੋਂ ਮੈਂ ਕੰਟਰਡਿਕਸ਼ਨ ਦੀ ਗੱਲ ਕਰਦਾ ਉਦੋਂ ਮੈਂ ਉਸ ਕੰਟੈਕਸਟ 'ਚ ਗੱਲ ਕਰਦਾ, ਜਿਹਦੀ ਯੂਨੀਕਨੈਸ ਹੈ ਇਕੋਨਮੀ ਦੀ ਆਪਣੇ ਆਪ ਦੇ ਵਿੱਚ ਇਹਦੀ ਫਾਰਮ ਪ੍ਰੋਡਕਸ਼ਨ, ਉਸ ਤੋਂ ਬਾਅਦ ਵੀ ਜੇ ਉਸ ਸਟੇਟ ਦੇ ਵਿੱਚ ਇਕਨੋਮਿਕ ਕੰਟਰਡਿਕਸ਼ਨ ਹੋਣ ਤਾਂ ਇਹਦਾ ਮਤਲਬ ਹੈ ਕਿ ਸਾਨੂੰ ਉਸ ਖਿੱਤੇ ਦੀ ਸਮਝ ਹੀ ਨਹੀਂ ਆਈ ਜਿਹੜੇ ਸਾਡੇ ਰੂਲਰਸ ਹੈਗੇ ਹੈ, ਉਹਦੇ 'ਚ ਬਿਊਰੋਕਰੈਟ ਵੀ ਅਤੇ ਜਿਹੜੇ ਪੋਲੀਟੀਸ਼ੀਅਨ ਹੈ ਉਹ ਵੀ। ਇੱਕ ਹੋਰ ਇਹਦੇ ਨਾਲ ਹੀ ਮੈਂ ਐਡ ਕਰਦਾ, ਮੈਂ ਇਕੱਲੇ ਇੱਕ ਫਾਰਮ ਸੈਕਟਰ ਦੀ ਗੱਲ ਨਹੀਂ ਕਰਦਾ। ਲੁਧਿਆਣਾ ਨੂੰ ਕਿਸੇ ਵੇਲੇ ਮੈਨਚੈਸਟਰ ਆਫ ਇੰਡੀਆ ਕਿਹਾ ਜਾਂਦਾ ਸੀ। ਹੁਣ ਜਿਹੜੀ ਸਟੇਟ ਦੇ ਵਿੱਚ ਇਹੋ ਜਿਹੀਆਂ ਆਪਣੀਆਂ ਖੂਬੀਆਂ ਹੋਣ, ਸਭ ਤੋਂ ਵੱਡੀ ਸਪੋਰਟਸ ਦੀ ਇੰਡਸਟਰੀ ਪੰਜਾਬ ਵਿੱਚ ਸੀ ਜਲੰਧਰ ਦੇ ਵਿੱਚ, ਸਭ ਤੋਂ ਵੱਡੀ ਫਾਊਂਡਰੀ ਇੰਡਸਟਰੀ ਬਟਾਲਾ ਕਿਸੇ ਵੇਲੇ, ਸਭ ਤੋਂ ਵੱਡੀ ਰੀਰੋਲਿੰਗ ਮਿੱਲ ਇੰਡਸਟਰੀ ਮੰਡੀ ਗੋਬਿੰਦਗੜ੍ਹ, ਇਹ ਉਹ ਸਟੇਟ ਹੈ। ਉਸ ਤੋਂ ਬਾਅਦ ਵੀ ਅਸੀਂ ਕਹਿੰਦੇ ਹਾਂ ਜੀ ਇੱਥੇ ਬੇਰੁਜ਼ਗਾਰੀ ਹੈ, ਲੋਕ ਭੱਜੇ ਬਾਹਰ ਜਾ ਰਹੇ, ਜਾ ਵੀ ਰਹੇ ਹੈ। ਇਹ ਸਾਰੀਆਂ ਕੰਟਰਡਿਕਸ਼ਨਸ ਹੈਗੀਆਂ। ਇਹਦਾ ਮਤਲਬ ਇਹ ਹੈ ਬੜਾ ਸਿੰਪਲ ਜਿਹਾ ਕਿ ਜਿਹੜੀ ਸਾਡੀ ਰੂਲਿੰਗ ਇਲੀਟ ਹੈ ਜਿਹਦੇ 'ਚ ਬਿਊਰੋਕਰੇਸੀ ਅਤੇ ਪੋਲੀਟੀਕਲ ਇਲੀਟ ਦੋਵੇਂ ਮਿਲਾ ਲਓ, ਉਸ ਸਹੀ ਤੌਰ 'ਤੇ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਦੀ। ਇਹਦੀ ਹੋਲਿਸਟਿਕ ਜਿਹੜੀ ਅੰਡਰਸਟੈਂਡਿੰਗ ਹੈ ਜਾਂ ਜਿਹੜਾ ਇਹ ਯੂਨੀਕ ਮਾਡਲ ਹੈ ਇਹਨੂੰ ਗਾਹ ਕਿਵੇਂ ਲੈ ਕੇ ਤੋਰਨਾ ਹੈ, ਉਹ ਇਹਦੇ ਵਿੱਚ ਮਿਸਿੰਗ ਹੈ। ਉਹਦੇ ਕਰਕੇ ਹੁਣ ਜਿਹੜੀ ਉਹਦਾ ਸਿੱਧਾ ਅਸਰ ਜਿਹੜੀ ਪੋਲੀਟੀਕਲ ਇਕਾਨਮੀ ਇਕਾਨਮੀ ਦਾ ਪੋਲੀਟਿਕ ਦਾ ਬੜਾ ਸਿੱਧਾ ਅਸਰ ਪੈਂਦਾ। ਜਿਹੜਾ ਤੁਸੀਂ ਕਹਿੰਦੇ ਕਿ ਇੱਕਦਮ ਇਹ ਸਰਕਾਰ ਆਮ ਆਦਮੀ ਪਾਰਟੀ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਲੋਕਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਬਿਲਕੁਲ ਠੀਕ ਹੈ, ਦੂਰ ਹੁੰਦੀ ਜਾ ਰਹੀ ਹੈ, ਘੱਟ ਰਹੀ ਹੈ, ਲੋਕਾਂ ਦੇ ਲੋਕ ਉੱਥੇ ਹੀ ਖੜ੍ਹੇ ਹੈ ਜਿਸ ਥਾਂ ਤੋਂ ਉਹਨਾਂ ਨੇ ਇਹਨਾਂ ਨੂੰ ਜਿੱਤ ਇਲੈਕਟ ਕਰਕੇ ਲਿਆਂਦਾ ਸੀ 92 ਸੀਟਾਂ, ਪਰ ਇਹ ਪਹਿਲੀ ਵਾਰ ਨਹੀਂ ਹੋਇਆ। ਇੱਕ ਐਗਜ਼ਾਮਪਲ ਸਾਨੂੰ ਮਿਲ ਜਾਂਦੀ ਹੈ ਇੱਕ ਬਹੁਤ ਵੱਡੀ ਐਸਪੀਰੇਸ਼ਨ ਤੋਂ ਬਾਅਦ, ਜਿਵੇਂ ਹੁਣ ਲੋਕਾਂ ਨੇ ਪੂਰੇ, ਮੈਂ ਥੋੜ੍ਹਾ ਜਿਹਾ ਕੁਆਲੀਫਾਈ ਕਰਦੇ ਹਾਂ, ਲੋਕਾਂ ਦੇ ਵਿੱਚ 2022 ਦੀ ਇਲੈਕਸ਼ਨ ਦੇ ਵਿੱਚ ਕਾਂਗਰਸ ਬਾਰੇ ਗੁੱਸਾ ਸੀ ਅਤੇ ਅਕਾਲੀ ਦਲ ਬਾਰੇ ਨਫ਼ਰਤ ਸੀ, ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦੀਆਂ 92 ਸੀਟਾਂ ਨਿਕਲੀਆਂ ਸਨ। ਅਤੇ ਜਦੋਂ ਮੈਂ ਕਹਿੰਦਾ ਕਿ ਪਹਿਲੀ ਵਾਰੀ ਨਹੀਂ ਹੋਇਆ, ਮੈਂ 1997 'ਚ ਜਾਊਂਗਾ, ਅਕਾਲੀ ਦਲ BJP ਕੰਬਾਈਨ 75+18, 74 ਅਕਾਲੀ ਦਲ ਨੇ ਸਿੰਬਲ 'ਤੇ ਇੱਕ ਇੰਡੀਪੈਂਡੈਂਟ ਨਿਰਮਲ ਸਿੰਘ ਕਾਹਲਾ ਨੂੰ ਸਿੰਬਲ ਨਹੀਂ ਸੀ ਮਿਲ ਸਕਿਆ ਟਾਈਮ 'ਤੇ, 75+18 BJP ਅਲਾਇੰਸ ਸੀ, 93 ਸੀਟਾਂ ਸੀ ਜੀ, ਹੁਣ 92 ਔਰ 93 ਸੀ। ਇੰਨੀ ਹੀ ਤੇਜ਼ੀ ਨਾਲ ਉਸ ਵੇਲੇ ਉਹ ਅਲਾਇੰਸ ਲੋਕਾਂ ਤੋਂ ਘਟੀ ਗਈ ਸੀ। ਜਦੋਂ ਮੈਂ ਐਸਪੀਰੇਸ਼ਨ ਦੀ ਗੱਲ ਕਰਦਾ, ਲੋਕ ਇੱਕ ਬਹੁਤ ਵੱਡੀ ਤ੍ਰਾਸਦੀ ਦੇ 15 ਸਾਲ ਦੀ ਦਰਾਸਤੀ 'ਚੋਂ, ਸਟੇਟ ਰਿਪਰੇਸ਼ਨ 'ਚੋਂ ਤਰ੍ਹਾਂ ਤਰ੍ਹਾਂ ਕਰਦੇ ਲੋਕ ਨਿਕਲੇ ਸੀਗੇ ਅਤੇ ਲੋਕ ਰਿਲੀਫ ਚਾਹੁੰਦੇ ਸੀਗੇ, ਰਿਲੀਫ ਉਹਨਾਂ ਨੂੰ ਅੱਜ ਤੱਕ ਨਹੀਂ ਮਿਲਿਆ ਜਿਹੜਾ ਉਹ ਚਾਹੁੰਦੇ ਸੀ ਉਸ ਵੇਲੇ। ਹੁਣ ਤਾਂ ਸਿਚੁਏਸ਼ਨ ਬਦਲ ਗਈ, ਉਹਦੀ ਫਾਰਮ ਰਿਲੀਫ ਦੀ ਬਦਲ ਗਈ, ਉਸ ਵੇਲੇ ਸਿਚੁਏਸ਼ਨ ਹੋਰ ਸੀ। ਸੋ ਉਹ ਨਾਲ ਦੀ ਨਾਲ ਹੀ ਤੁਸੀਂ ਕਿਹਾ ਵੀ ਅਗਲੀ ਇਲੈਕਸ਼ਨ ਤੱਕ 24 ਤੱਕ ਉਸ ਵੇਲੇ ਵੀ ਹੋਇਆ ਸੀਗਾ 99 ਦੇ ਵਿੱਚ, 13 'ਚੋਂ ਇੱਕ ਸੀਟ ਆਪਣੇ ਅਕਾਲੀ ਦਲ ਕੋਲ ਇੱਕ ਸੀਟ ਰਹਿ ਗਈ ਸੀਗੀ, ਸੁਖਬੀਰ ਸਿੰਘ ਬਾਦਲ ਖੁਦ ਹਾਰ ਗਏ ਸੀ, ਲੋਕਾਂ ਦੇ ਵਿੱਚ ਗੁੱਸਾ ਇੰਨਾ ਆ ਗਿਆ ਸੀਗਾ। ਸੋ ਇਹ ਫਿਨਾਮਨਾ ਪੰਜਾਬ ਦੇ ਵਿੱਚ ਵਾਰ ਵਾਰ ਵਾਪਰਦਾ। ਹੁਣ ਇਹਦਾ ਹੱਲ ਕੀ ਅਲਟੀਮੇਟਲੀ? ਅਸੀਂ ਤਾਂ ਬੈਠੇ ਕਹਿੰਦੇ ਨੇ ਵੀ ਤੁਸੀਂ ਆਲ ਪਾਰਟੀ ਮੀਟਿੰਗ ਬੁਲਾ ਲਓ, ਇਹ ਸਟੱਡੀ ਕਰ ਲਓ, ਮਾਡਲ ਬਣਾ ਲਓ, ਸਾਡੇ ਕਹਿਣ ਨਾਲ ਤਾਂ ਗੱਲ ਨਹੀਂ ਬਣਦੀ। ਗੱਲ ਤਾਂ ਉੱਥੇ ਨਹੀਂ, ਉੱਥੇ ਖੜ੍ਹੀ ਹੈ ਜਿਹੜੇ ਇਹ ਇਕੱਲੀ ਮੈਂ ਸਰਕਾਰ ਦੀ ਗੱਲ ਨਹੀਂ ਕਰਦਾ, ਸਾਡੇ ਐਕਡੈਮਿਕ ਇੰਸਟੀਟਿਊਸ਼ਨਸ, ਕਿਸੇ ਯੂਨੀਵਰਸਿਟੀ ਦੀ ਕੋਈ ਕੰਟਰੀਬਿਊਸ਼ਨ ਨਹੀਂ ਪੰਜਾਬ ਦੀ ਇਕੋਨਮੀ ਦੀ ਸਟੱਡੀ ਕਰਕੇ ਕੋਈ ਮਾਡਲ ਪੇਸ਼ ਕੀਤਾ ਹੋਵੇ। ਫੋਰਨ ਦੀਆਂ ਯੂਨੀਵਰਸਿਟੀਆਂ ਲਗਾਤਾਰ ਕੰਮ ਕਰਦੀਆਂ ਆਪਣੇ ਖਿੱਤੇ ਦੇ
मॉडल बनाउंदियां उहदी इंडेक्स स्टडी कराउंदियां। साडियां प्रीमियर यूनिवर्सिटी पंजाब यूनिवर्सिटी तो हिंदुस्तान की सब तो पुरानी यूनिवर्सिटियों के विचों है। मैं हिंदुस्तान तालाफ वरत उस वे हिंदुस्तान ही कहा जाता है, उन्होंने यूनिवर्सिटी एक हैगी है, कोई कंट्रीब्यूशन नहीं है। रादर ये बारे तो यह कहा जाता है कि यहाँ पोलीटिकल सैंस डिपार्टमेंट है सब तो ज़्यादा नॉन पोलीटिकल है, पंजाबी यूनिवर्सिटी ज़्यादा अवेयर से पोलीटिकली हर गल के उत्ते आके, इन्हों की कंट्रीब्यूशन जीरो से। मैं सारे सैटअप की गल कर रहा, मैं सिर्फ सरकार ये नहीं पूछता हूँ। कई बार सरकार हालत यह है साड़ी रूलिंग एलीट ये सेम है, इन्होंने थिंक कोई फर्क नहीं, बंदे बदल जाते हैं, पार्टी के लेवल बदल जाते हैं, लेकिन जिहड़ी लोगों की सोच है जिहड़े इन्हां लोगों की वो उत्थे ही खड़ी है। इन्हां दा मकसद हुंदा सरकार बनाउणा, सरकार बना के वो मजबूरी नूं कुछ लोगों के काम करने पैंदे आ, बाकी तो हुण तक अपनी भलाई ज़्यादा करते सीगे। इन्हां दा हजे देखना है, इन्हां दे बारे भी कमसोत यही आ रही है कि जिहड़े कुछ बाकी करते सीगे वो इत्थे भी शुरू हो गए, इन्होंने बंदे कढे भी अपने, साडे ते कहण दी लोड़ ही नहीं, करप्शन दे चार्जेस इन्होंने अपने बंदे भी मिनिस्टर कढे। तो इत्थे भी उही सिचुएशन आ रही है, ये पंजाब दी ट्रेजडी ये है। पंजाब दे जद तक सुभाअ नूं समझ के इत्थों दी इकानमी नूं समझ के इहदा कोई मॉडल प्रॉपर तैयार नहीं किया जाता। मैं भी उत्थे ही आ रहा जिहड़ी गल आपां लगातार कह रहे हैं सारे कि भी इत्थे ऑल पार्टी मीटिंग बुलाई जाए, कोई फॉरम स्टडी किया जाए, सारा मॉडल स्टडी किया जाए। गल्लां तां उही हैगियां, कीता किस ढंग दे नाल जावे, गल इन्नी कि ये पंजाब नूं अगे लिजाण वास्ते यह सिर्फ कही जाणा कि ये क्राइसिस बहुत डीप है। जे तुहाडी इकोनमी एक पासे इन्नी हाइट ते है फार्म इकोनमी, तो इहदा मतलब जिहड़ी कॉन्ट्राडिक्शन है वह साडे विच है, इकोनमी दे विच नहीं है, वह हल करन दी लोड़ है जी। सरदार हमीर सिंह जी, जिहड़ी अनरेस्ट होंदी है, बेचैनी होंदी है, उहनूं कोई ना कोई राह मिलदा है, और सब तो सौख्या जिहड़ा नज़र आउंदा है वह यही आउंदा है कि तुसीं सत्ता बदल दिंदे हो, लेकिन इस तों अलावा भी लोक खिता भी बदल रहे। वड्डी गल आ कि लोग कोशिश करन तों बाद फिर भाणा मनना भी सिख गया, लोगों कोल उहनां दी योग्यता दी हाण दी भी नौकरी नहीं, तो जिन्हां नूं चाहिए बंदे चाहिए उन्होंने बंदे भी नहीं मिल रहे। पंजाब एक वड्डे संकट का शिकार है, पर जेकर असीं अज दे दिन दे विच इहनूं देखदे आ ना, तां जेकर किसान अंदोलन तो पहला ते अज दी स्थिति नूं दोनां नूं एक वारी मुड़ के मुलांकण च लियाईए, जिहड़ी हुण अगे नालों ज़्यादा माड़ी स्थिति हो गई आ, लोकां नूं समझ नहीं आ रहा कि उन्होंने जाना किहड़े पासे आ, जां उह इन्हां समस्यावां दा जिन्हां दा अगे नालों विराट रूप वेखण नूं मिल रहा, अगे नालों लुट खोह ज़्यादा वध गई, अगे नालों पुलिस दा सरकारां वल्लों पुलिस दी वरतों ज़्यादा वध गई, अगे नालों लोक हिजरत ज़्यादा करन लग गए। इह एक दिन दी गल नहीं, इस सरकार ते दोष नहीं है, पर जिस तरीके नाल लोक इह दिखा रहे आ सारा कुछ, सब तो ज़्यादा भुगतना सियासी जमातां नूं पै रहा, उन्हां दे विच लोकां दा विश्वास पूरी तरह खुर गया। किसी भी बंदे नाल अज दे दिन च तुसीं पोलीटिकल बंदे नाल गल कर लो, साडे लई तां सौखा हुंदा गल करनी, आम बंदे लई शायद उन्ना सौखा ना होवे, किसी भी पोलीटिकल क्लास किसी जमात दे बंदे नूं पुछ लैने आ, ते उस तों बाद उह अगों सवाल करदा है कि आखिर लोक चाहुंदे की आ, मतलब होऊगा की। मैं तुहाडे तों इह लोकां दी जिहड़ी मानसिकता अंदर बेचैनी आ उहनूं समझणा चाहुंदा, क्योंकि तुसीं लोकां च बहुत विचरदे हो। असल दे विच जिहड़ा एक ओवरऑल तब्दीली ट्रांजिशनल पीरियड दे विच आई लगातार, नॉर्मली ये मन्निया जांदा है कि इकनोमिक मॉडल कुछ भी होवे तां भी जे पॉलिटिक्स जिहड़ी हुंदी है इक बफर दा काम करदी है, पॉलिटिक्स ने यह करना हुंदा नॉर्मली कि बहुत ज़्यादा कोई लोगों के वर्गीकरण एडा इस हद तक चला जाए, डिस्पैरिटी इस हद तक ना हो जाए, एक इक्वल सैटअप का सवाल है। जो इंडियन कॉन्स्टिट्यूशन का प्रैम्बल भी देखो कि कहना है सोशलिस्ट डेमोक्रेटिक डिफरेंट टाइप के रिपब्लिकन का मामला, चाहे वह बाद जोड़ी गई 42वीं सोच च, पर एक नजरिया ना वो राजनीति के निर्देशक सिद्धांत ही कहते हैं कि असं सबनों नाल लैके जाना, वो चाहे थ्रू रिजर्वेशन नाल लैके चलण की गल कर, चाहे वैसे ग्रोथ की गल कर, एक पैटर्न से जिहड़ा हिस्टोरिकली लगातार चलता है। ईवन कारपोरेट डिवेलपमेंट के मॉडल च भी बेस्ट इस करके मुकाबलतन बैटर कर रहे हैं क्योंकि वो पॉलिटिक्स अजे एड्डी ज्यादा गैर खलाकी नहीं हुई, उसकी सियासत अजे एड्डी लोगों तक टुटी नहीं हुई जिड्डी साडी टुटी हुई दिखाई दे रही है। उस मामले
ਹੁਣ ਜਿਹੜਾ ਇਸ ਧਰਤੀ ਦਾ ਬੰਦਾ ਸੀ ਸਾਡੇ ਇਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਇੱਕ ਫੰਡਾਮੈਂਟਲ ਚੀਜ਼ ਦਿੱਤੀ ਸੀ ਜਿਹੜੀ ਵੱਖਰਿਆਂ ਨੂੰ ਵੱਖਰਿਆਂ ਜਿਹੜੀ ਵੱਖਰੀ ਹੈ ਉਹ ਕਿਰਤ ਕਰੋ ਨਾਮ ਜਪੋ ਤੇ ਵੱਢ ਕੇ ਛਕੋ ਇਹ ਇੱਕ ਬੁਨਿਆਦੀ ਫਾਰਮੂਲਾ ਹੈ ਇਸ ਕਰਕੇ ਬੜਾ ਲੰਮਾ ਸਮਾਂ ਲੋਕ ਇਹ ਕਹਿੰਦੇ ਸੀ ਕਿ ਕੋਈ ਪੰਜਾਬੀ ਕੋਈ ਪੱਗ ਵਾਲਾ ਬੰਦਾ ਮੰਗਦਾ ਨਹੀਂ ਦੇਖਦਾ ਤੁਹਾਨੂੰ ਸਾਡੀ ਪੋਲਿਟਿਕਸ ਟਰਨ ਲੈਗੀ ਟੋਟਲੀ ਅਸੀਂ ਮੰਗਤੇ ਬਣਾਉਣ ਵੱਲ ਤੁਰ ਪਏ ਬਿਨਾਂ ਮੰਗੇ ਵੀ ਖਰਾਇਤ ਦੇਣ ਤੁਰ ਪਏ ਰੁਜ਼ਗਾਰ ਉਹਨੂੰ ਦੇਣ ਵਾਲੇ ਪਾਸੇ ਸੀ ਸੋਚਿਆ ਨਹੀਂ ਤਾਂ ਇੱਕ ਵੱਡੀ ਗਿਣਤੀ ਦੇ ਵਿੱਚ ਇੱਕ ਵਰਗ ਜਿਹੜਾ ਜਦੋਂ ਢਾਂਚਾ ਸਿਸਟਮ ਤੁਹਾਨੂੰ ਛੱਡ ਦਿੰਦਾ ਹੈ ਆਪ ਮੁਹਾਰੇ ਆਪਣੇ ਆਪ ਤੇ ਤਾਂ ਉਹ ਨਿੱਜੀ ਕੋਸ਼ਿਸ਼ਾਂ ਕਰਦਾ ਹੈ ਮੈਨੂੰ ਲੱਗਦਾ ਐਸਕੇਪਿਸਟ ਰੂਟ ਇਹ ਨਿੱਜੀ ਕੋਸ਼ਿਸ਼ਾਂ ਦਾ ਜ਼ਰੀਆ ਕਿ ਸਾਰੇ ਬੰਦੇ ਕੋਈ ਵਿਦੇਸ਼ ਰੁਜ਼ਗਾਰ ਲੱਭ ਰਿਹਾ ਕੋਈ ਕਿਤੇ ਲੱਭ ਰਿਹਾ ਕੋਈ ਕਿਤੇ ਲੱਭ ਰਿਹਾ ਬਹਿ ਕੇ ਖਾਣਾ ਗੁਵਾਰਾ ਨਹੀਂ ਹੈ ਉਹਦੇ 'ਚ ਤੁਹਾਡਾ ਸਨਮਾਨ ਨਹੀਂ ਹੈ ਤੁਹਾਡਾ ਮਾਣ ਨਹੀਂ ਹੈ ਤੁਸੀਂ ਤੁਹਾਡੀ ਸਰਦਾਰੀ ਜਾਂਦੀ ਹੈ ਸਰਦਾਰੀ ਦਾ ਮਤਲਬ ਸਵੈਮਾਨ ਜਾਂਦਾ ਤੇ ਸਵੈਮਾਨ ਖੋ ਕੇ ਬਾਕੀ ਚੀਜ਼ਾਂ ਕਰਨਾ ਜਿਹੜਾ ਜ਼ਿੰਦਗੀ ਜਿਉਣ ਦਾ ਮਤਲਬ ਨਹੀਂ ਹੈ ਉਸ ਮਾਮਲੇ ਦੇ ਵਿੱਚ ਸਾਡੇ ਇੱਕ ਪੋਲੀਟੀਸ਼ ਜਿਹੜੀ ਪੋਲੀਟੀਕਲ ਟਰਨ ਆਈ ਆ ਉਸ ਪੱਧਰ ਦੇ ਉੱਤੇ ਉਹਦੇ 'ਚ ਲਗਾਤਾਰ ਹੁਣ ਚੱਲਦੇ ਚੱਲਦੇ ਪੋਲੀਟਿਕਸ 'ਚ ਵੀ ਆਰਥਿਕਤਾ ਦੇ ਵਿੱਚ ਵੀ ਵੱਖ ਵੱਖ ਮਾਮਲਿਆਂ 'ਚ ਆਰਥਿਕ ਖੇਤਰ ਦੇ ਵਿੱਚੋਂ ਜਦੋਂ ਓਵਰਆਲ ਡਿਵੈਲਪਮੈਂਟ ਦਾ ਬਾਰਡਰ ਤੁਸੀਂ ਸ਼ਿਫਟ ਕਰਤਾ ਲਗਾਤਾਰ ਐਗਰੀਕਲਚਰ ਤੋਂ ਜਦੋਂ ਤੋਂ ਇੰਡਸਟਰੀਅਲਾਈਜੇਸ਼ਨ ਆਈ ਹੈ ਸ਼ਿਫਟ ਕਰਤਾ ਤਾਂ ਖੇਤੀ ਉਸ ਲੈਵਲ ਦੀ ਮੁਨਾਫੇ ਬਖਸ਼ ਨਹੀਂ ਰਹੀ ਉਹ ਇਕਾਨਮੀ 'ਚੋਂ ਰੋਲ ਨਹੀਂ ਹੈ ਸਾਡਾ ਵੀ ਜਿਹੜਾ ਇਕਾਨਮੀ 'ਚ ਰੋਲ ਹੈ 24-25% ਹੈ ਸਾਡੀ ਪੰਜਾਬ ਦਾ ਜੇ GDP ਦੇ ਐਂਗਲ ਤੋਂ ਜਦੋਂ ਤੁਸੀਂ ਜੱਜ ਕਿਹੜੇ ਐਂਗਲ ਤੋਂ ਕਰਦੇ ਤੇ ਡਿਪੈਂਡੈਂਸੀ ਲਗਭਗ 34-35% ਹੈ ਡਾਇਰੈਕਟ ਜਿਹੜਾ ਫਾਰਮਰ ਸਾਡੇ ਕਰਦਾ ਥਰੂ ਆਊਟ ਇੰਡੀਆ 14-15% ਹੈ ਖੇਤੀ ਦਾ ਕੰਟਰੀਬਿਊਸ਼ਨ GDP ਦੇ ਵਿੱਚ ਬੰਦੇ ਡਿਪੈਂਡੈਂਟ ਨੇ ਲਗਭਗ 49% ਐਜ ਏ ਡਾਇਰੈਕਟ ਰੁਜ਼ਗਾਰ ਦੇ ਤੌਰ ਤੇ ਬਾਕੀ ਦੀਆਂ ਚੀਜ਼ਾਂ ਮਤਲਬ ਪੈਸੇ ਡਿਪੈਂਡੈਂਟ 60% ਤੋਂ ਉੱਪਰ ਨੇ ਜਿਹੜੀ ਸੂਬੀ ਬੇਰੁਜ਼ਗਾਰੀ ਬਾਕੀ ਦੀਆਂ ਚੀਜ਼ਾਂ ਜਿਹੜੇ ਲੋਕ ਤੁਰੇ ਫਿਰਦੇ ਨੇ ਤੇ ਪੋਲੀਟੀਕਲ ਮਾਡਲ ਤੁਹਾਡਾ ਟੋਟਲ ਟਰਨ ਕਰ ਗਿਆ ਇਹ ਸਹਿਯੋਗ ਦਾ ਮਾਡਲ ਸੀ ਉਧਰੋਂ ਨਿਕਲੀਆਂ ਲੋਕਾਂ ਚੋਂ ਨਿਕਲੀ ਲੀਡਰਸ਼ਿਪ ਆਉਂਦੀ ਸੀ ਤੇ ਹੁਣ ਹੌਲੀ ਹੌਲੀ ਜਿਹੜਾ ਪੈਟਰਨ ਚੇਂਜ ਹੋਇਆ ਪਿਛਲੇ 3 ਦਹਾਕਿਆਂ ਦਾ ਲੈ ਲਓ ਆਪਾਂ ਜਦੋਂ ਪਾਰਟੀਆਂ ਨੇ ਜਮਹੂਰੀ ਤਰੀਕੇ ਖਤਮ ਕਰਤੇ ਛੱਡਤੇ ਬਿਲਕੁਲ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੀਆਂ ਡਿਮਾਂਡਸ ਤੇ ਉਹਨਾਂ ਦੀਆਂ ਮੰਗਾਂ ਤੇ ਲੜਾਈ ਲੜਨਾ ਉਹ ਪਾਲਿਸੀ ਨੂੰ ਪ੍ਰਭਾਵਿਤ ਕਰਨਾ ਪਾਲਿਸੀ ਨੂੰ ਪ੍ਰਭਾਵਿਤ ਕਰਕੇ ਉਹਨਾਂ ਨੂੰ ਕੁਝ ਫਾਇਦੇ ਦਿਵਾਉਣਾ ਉਹ ਸਿਆਸਤ ਛੱਡੀ ਜਾ ਚੁੱਕੀ ਹੈ ਤਾਂ ਉਸ ਤੋਂ ਬਾਅਦ ਵੋਟ ਕਲਚਰ ਆ ਗਿਆ ਕਰਨਾ ਵੋਟ ਦੇ ਵਿੱਚ ਵੀ ਇੱਕ ਜ਼ਮਾਨੇ ਤੱਕ ਸਾਡੇ ਲੋਕ ਪੈਸੇ ਢਾਲ ਕੇ ਲੀਡਰਸ਼ਿਪ ਨੂੰ ਦਿੰਦੇ ਸੀ ਕਿ ਆਹ ਲਓ ਜੀ 5100 ਦੀ ਥੈਲੀ ਆਹ 21000 ਦੀ ਆਹ 31000 ਦੀ ਆਮ ਪਿੰਡਾਂ ਦੇ ਲੋਕ ਤੇ ਸ਼ਹਿਰਾਂ ਦੇ ਕਿ ਤੁਸੀਂ ਚੋਣ ਲੜੋ ਤੁਸੀਂ ਸਾਡੇ ਨੁਮਾਇੰਦੇ ਹੋ ਤੁਸੀਂ ਸਾਡੇ ਲਈ ਕੰਮ ਕਰ ਰਹੇ ਹੋ ਤੇ ਬਹੁਤ ਆਪਾਂ ਉਦਾਹਰਣਾਂ ਵੀ ਲੈਂਦੇ ਹਾਂ ਕਈ ਪੁਰਾਣੇ ਲੀਡਰਾਂ ਦੀਆਂ ਵੀ ਉਹਦੇ ਕੋਲ ਇੰਨੇ ਬਚ ਗਏ ਉਹਨੇ ਇੰਨੇ ਵਾਪਸ ਕਰਤੇ ਉਹਦੇ ਕੋਲ ਆਹ ਹੋ ਗਿਆ ਉਹਨੇ ਆਹ ਕਰਤਾ ਪਰ ਇੱਕ ਫੰਡਾਮੈਂਟਲ ਚੇਂਜ ਹੈ ਉਸ ਤੋਂ ਬਾਅਦ ਕਿ ਹੁਣ ਲੋਕਾਂ ਕੋਲ ਕੀ ਬਚਿਆ ਜੀ ਇਹ ਤੋਂ ਨਹੀਂ ਫੰਡ ਲੈਣੇ ਆਪਾਂ ਫੰਡ ਕਾਰਪੋਰੇਟ ਤੋਂ ਲੈਣੇ ਨੇ ਇਲੈਕਟ੍ਰੋਨ ਬੌਂਡ ਲਾਉਣਗੇ ਜਾਂ ਉੱਥੇ ਬੌਂਡ ਨਹੀਂ ਹੈ ਉੱਥੇ ਦੂਜੇ ਤਰ੍ਹਾਂ ਲੈਣੇ ਹੁਣ ਆਪਾਂ ਪੈਸਾ ਪਿੰਡ 'ਚ ਭੇਜਣਾ ਕਾਹਦੇ ਵਾਸਤੇ ਚੋਣਾਂ ਦੇ ਵਿੱਚ ਨਸ਼ਾ ਵਰਤਾਉਣ ਦੇ ਲਈ ਤੇ ਵੋਟ ਖਰੀਦਣ ਦੇ ਵਾਸਤੇ ਤੇ ਬੰਦੇ ਖਰੀਦਣ ਦੇ ਵਾਸਤੇ ਬਲਕਿ ਜਿਹੜੇ ਉੱਧਰ ਵੱਡੇ ਲੀਡਰ ਵੀ ਨੇ ਲੀਡਰ ਵੀ ਖਰੀਦਣ ਦੇ ਵਾਸਤੇ ਜਦੋਂ ਪੋਲੀਟਿਕਸ ਮੰਡੀ ਦਾ ਮਾਲ ਬਣਾ ਦਿੱਤੀ ਜਾਊਗੀ ਤਾਂ ਉਹ ਪੋਲੀਟਿਕਸ ਲੋਕਾਂ ਦੀ ਨਬਜ਼ ਤੇ ਹੱਥ ਕਿਵੇਂ ਰੱਖ ਦੂਗੀ ਲੋਕਾਂ ਨਾਲ ਉਹਦਾ ਰਾਬਤਾ ਕਿਵੇਂ ਹੋ ਜਾਊਗਾ ਉਸ ਪੱਧਰ ਦਾ ਕਿਉਂਕਿ ਤੁਹਾਡਾ ਉਹਨਾਂ ਨਾਲ ਬਹਿਣਾ ਉੱਠਣਾ ਖਤਮ ਹੋ ਗਿਆ ਔਰ ਇੱਕ ਹੋਰ ਬਹੁਤ ਵੱਡੀ ਸ਼ਿਫਟ ਆਈ ਹੈ 90s ਤੋਂ ਬਾਅਦ ਜਦੋਂ ਤੋਂ ਇਹ ਲਿਬਰਲ ਇਕਾਨਮੀ ਦਾ ਸਾਡੇ ਫੰਡਾ ਆਇਆ ਹੈ ਉਸ ਪੱਧਰ ਦੇ ਉੱਤੇ ਉਦੋਂ ਬਾਅਦ ਇਹ ਹੈ ਕਿ ਗਰੀਬ ਦਾ ਤੇ ਜਿਹਦੀ ਜੇਬ 'ਚ ਪੈਸੇ ਨੇ ਉਹਦਾ ਸਕੂਲ ਅਲੱਗ ਹੋ ਗਿਆ ਟੋਟਲੀ ਪਹਿਲਾਂ ਇਕਨੋਮਿਕ ਡਿਸਪੈਰਿਟੀ ਸੀ ਜਿਹੜੀ ਸੋਸ਼ਲ ਡਿਸਪੈਰਿਟੀ ਦਾ ਸਾਡੇ ਸਾਹਮਣੇ ਸਿਸਟਮ ਆ ਰਿਹਾ ਨਾ ਉਹਦਾ ਹਸਪਤਾਲ ਅਲੱਗ ਹੋ ਗਿਆ ਇਲਾਜ ਕਿਹਦੇ 'ਚ ਕਰਾਉਣਾ ਕਿਹਦੇ 'ਚ ਨਹੀਂ ਕਰਾਉਣਾ ਕਾਲਜ ਯੂਨੀਵਰਸਿਟੀ ਵੈਸੇ ਹੀ ਅਲੱਗ ਹੋ ਜਾਣੀ ਹੈ ਕਿਉਂਕਿ ਜਦੋਂ ਮੁੱਢਲੀ ਐਜੂਕੇਸ਼ਨ ਅਲੱਗ ਹੈ ਤੁਸੀਂ ਉਹਦੇ 'ਚ ਜਾ ਹੀ ਨਹੀਂ ਸਕਦੇ ਪੋਲੀਟੀਕਲ ਗੇਮ 'ਚ ਉਹ ਪਹਿਲਾਂ ਹੀ ਬਾਹਰ ਹੈ ਇਕਨੋਮਿਕ ਗੇਮ 'ਚ ਉਹ ਬਾਹਰ ਹੈ ਸੱਭਿਆਚਾਰਕ ਤੌਰ ਤੇ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ ਜਿਹੜਾ ਬੜਾ ਸੈਕਸ਼ਨ ਹੈ ਸੁਸਾਇਟੀ ਦਾ ਤਾਂ ਫਿਰ ਉਹਦੇ ਨਾਲ ਤਾਲਮੇਲ ਕਿਵੇਂ ਹੋਊਗਾ ਤੇ ਉਹਦੀ ਗੱਲ ਕਿਵੇਂ ਸੁਣੀ ਜਾਊਗੀ ਉਹਦੀ ਗੱਲ ਪਤਾ ਕਿਵੇਂ ਲੱਗੂਗੀ ਅੱਜ ਜੇਕਰ ਮੈਂ ਤੁਹਾਨੂੰ ਇਹ ਜਿਹੇ ਐਗਜ਼ਾਮਪਲ ਦੱਸਦਿਆਂ ਤੇ ਕਿਸੇ ਪਾਰਟੀ ਦਾ ਏਜੰਡਾ ਕਿਉਂ ਨਹੀਂ ਹੈ ਪੰਜਾਬ ਦੇ ਵਿੱਚ ਪੇਂਡੂ ਖੇਤਰ ਦੇ ਵਿੱਚ ਅਜੇ ਸਾਡਾ ਡਿਸਕੋਰ ਜਿਹੜੇ ਬਾਹਰ ਚਲੇ ਜਾਂਦੇ ਨੇ ਸਾਡਾ ਵਰਤਾਂਤ ਵੀ ਉੱਥੇ ਤੱਕ ਸੀਮਤ ਹੈ ਇਹ ਹੈ ਲੋਅਰ ਮਿਡਲ ਕਲਾਸ ਤੇ ਮਿਡਲ ਕਲਾਸ ਜਿਹਦੇ ਕੋਲ 20-30 ਲੱਖ ਖਰਚਣ ਨੂੰ ਹੈ ਜਿਹਦਾ ਕਿੱਲਾ ਧਰ ਕੇ ਵੀ ਘੱਟੋ ਘੱਟ ਜਾਂ ਕਰਜ਼ਾ ਲੈ ਕੇ ਜਿਹਨੂੰ ਉਨੇ ਪੈਸੇ ਮਿਲਦੇ ਨੇ ਸੁਸਾਇਟੀ ਦੇ ਵਿੱਚੋਂ ਤੇ ਉਹ ਆਪਦੇ ਬੱਚੇ ਬਾਹਰ ਭੇਜ ਰਹੇ ਉਦੋਂ ਬੜਾ ਸੈਕਸ਼ਨ ਹੈ ਕਿਸਾਨ 10,93,000 ਹੈ ਜਿਹੜਾ ਖੇਤੀ ਕਰਦਾ ਹੈ ਪੰਜਾਬ ਦੇ ਵਿੱਚ ਪਰਿਵਾਰ ਤੇ ਉਦੋਂ ਹੇਠਾਂ ਇੱਕ ਦਲਿਤ ਤਬਕਾ ਵੀ ਰਹਿੰਦਾ ਨਾਲ ਜਿਹੜਾ
लगभग 21 लाख जॉब कार्ड बना चुके हैं, कल्ले मनरेगा च दिहाड़ी चाहता है ते बाकी दिया गन्ना ने 21 लाख डबल है गिणती किसानी नालों दुगनी। वो 303 रुपए दिहाड़ी ले लड़ रहे हैं, वो कहता 100 दिन तुसी गरंटी की है तो 100 दिन की बजाय एवरेज पिछला 5 साल चक लो 39 दिन है, 38 तो 39 दिन जिद पैसा कितों होर आना है उन्होंने फटे हाल बाकी चीजा तुसी देख के पता लगता कि आह पंजाब आ गया हूँ आ कट्ठा बैठा। तुसी बिना किसी गल तो देख के दस सकते हो कि यह कहड़े खेत्र चो आया बंदा, यह कहड़े वर्ग चो आया बंदा, कितों की ओरी पोजिशन है उस पद्धर के उत्ते। तो सियासतदान कभी तुम गल करता सुने ग्रासरूट लैवल से यह जी गल रुजगार चाहता फ्री नहीं चाहता उस बाकी चीजा वो भी डिग्निटी जिंदा जाना चाहता है मान सम्मान जाना चाहता किसी ना किसी तरीके दे और तुसी मान सम्मान की बजाय उन्होंने खैरात से जिंदा रखने की ट्राई कर रहे हो कि उस पद्धर के उत्ते चलो जी थोड़े एक भी पोलीटिकल पंजाब की असैम्बली के पंजाब के पोलीटिकल रैलिया के दिहाड़ी दे के कट्ठ बधाउणा एक अलग गल है पर उन्होंने किसी के एजेंडे से चर्चा हो रही हो बाकी दी चीजा ने वो संभव है नहीं है उस पासे लाया। फिर विद्यार्थी ने यूथ है 83 तो बाद पंजाब दी यूनिवर्सिटियां ते कॉलेजां दे विच बींग ए डिजाइन सारिया पार्टियां ने कंसेंसस बेस्ड नॉर्मली लोगों के बच्चों के लिए पॉलिटिक्स का राह बंद करता यूनिवर्सिटी चो कॉलेजां चोणां बंद कर दी तो चोणां पंचायत तो लैके बाकी जन मर्जी हो जाए करप्ट बंदा आए ना करप्ट आए उ चीजा होलात खराब हो ना हो तो क्यों रोकया गया यूनिवर्सिटी के कैलेंडर च भी हम पता नहीं है कि कढ़ दिता गया कि चोणां लाजमी होणगियां उत्थे हुंदा सी कि जिहड़ी चोण होएगी वह डेमोक मुढ़ली डेमोक्रेसी की एक प्रक्रिया च पैणगे बंदे सियासत को समझ लगनगे इकोनमी समझ लगनगे डिफरेंट चीजा समझ लगनगे जिहड़े उस सारे मामले च फिर उस तों बाद एक होर दौर बदलता है जदों दियां वो चोणां बंद ने ते बाकी चीजा ने सोशल साइंस च पढ़न वाले बंदे ब्यूरोक्रेसी च आउणे बंद हो गए बहुत घट गई उन्हां दी गिणती हुण IAS कौण बणदे ने IPS जां IIT वाले बणदे ने जां मैडिकल लाइन दे आउंदे ने जां बाकी ने ते वो जिहड़ी सोशल ब्यूरोक्रेसी भी तुहाडे सामने है जिन्हों इकनोमिक्स के मामले के खुदा नहीं है उन्होंने तो सारा कुछ तुसी दे दोगे कि उन्होंने सब कुछ अपने आप आ जाएगा तो फिर लोगों के मॉब नाल उन्हें डील के करना है उन्होंने बिना सोशल साइंस तो आ जाएगा लोगों राबता नहीं वो सोशल साइंस के सबजैक्ट तुम पढ़ने नहीं वो निर्णायक बंद सबजैक्ट बनाते तो टेक्निकलिटी के जो आई चीजा उधर में जा रही इसलिए ऑन दी होल जो तुम देखो जी अप्रोच है ना जो जिसे चिगिरदे बड़े हो रहे हैं जिदे चुगिरदे के असं अपनी ब्यूरोक्रेसी लभ रहे हैं अपना पॉलिटिशियन लभ रहे हैं अपना इकनोमिक मॉडल लभ रहे हैं वो नहीं चल सकता वो पंजाब च बेचैनी पैदा करता है वो शेयर होल्डर नहीं बनाता वो कहता कि तुम हकों गए असं जिमें भी ढंग उद्देश फिर पंजाब के बंदे पार्टी तो पंजाब बिल्कुल अलग अलग दिखाई देता पार्टियां पंजाब के लोग वो फिर अपने जोगा लड़ते हैं अजे तक पंजाब च सह सत मुकया नहीं है पंजाब के हर DC दफ्तर के सामने डेली जे पूरा देख लो तुम लगभग 50,000 बंदा सड़क से रहता रोज सानू तो उदो पता लगता जो कोई सड़क रोकता रेल रोकता किसान तो बिना आना तो साढ़े नैरेटिव च नहीं आता मिड डे मील कुक अज पटियाले च बैठिया सी घट्टो घट सैकड़िया की गिणती च DC दफ्तर के सामने कितने कोई मनरेगा वाले बैठे ने अपने काम के वास्ते कितने कोई ठेका वाले मुलाजम बैठे ने भी भाई साहब तुम तो कहता भी मैंने तो मिले ही कुछ नहीं कितने कोई किसान बैठे ने आपो अपन जथेबंदियों लिए कितने झंडा लेके उस लैवल के उत्ते हजारा बंदा रोज एजीटेटर है और वो एजीटेशन उसके अंदर जान को प्रगट करती है तो उसकी बाह फड़न लिए पॉलिटिक्स कितने दिखाई नहीं दे रही बाह फड़न लिए वो लोग दिखाई नहीं दे रहे कि इस पद्धर से ने बेचैनी फिर दो तरीके दसती है बंदे एक तरीका इतने कोई नहीं सुनता धरने के भी सलफास खा लो सुइसाइड कर लो जथेबंदियों के धरने च भी मर रहे हैं लोग और निराश हो जाता आ धरने च भी जब कोई आउटपुट नहीं सामने आती दूजा तरीका यह है कि जो यंग मुंडे ने स्पोर्ट्समैन ने जो उन्होंने लगता है भी इतने कुछ नहीं सोना वो कहता जब देखा देखी जाऊगी वो गैंगस्टर बन भी बद बद रहे हैं जो कहता है भी डंग से डेरा जिन्ना देर जावे लोग तो थर थर कंबड़ गए ना बंदे के दिमाग के एक गल आती है वो उधर तोरता है तीजी गल जो दोनों च भी नहीं पैना चाहता वह बाहर भजाने लिए धक्के मार रहा उन्होंने कि तुम उधर चले जाओ चौथी गल जो वह भी नहीं होंगे तो वह ड्रग च जा रहा है तो कितने जाऊगा तो फिर वह ड्रग के नशे च जा रहा है ये टोटल एटमोसफियर है जिसे कोई चीज विकसदी है कुदरत ते समाजिक एक माहौल होंगे जिसे बनतर बनती है समाज की बंदियां की उन्होंने परसनैलिटी बनती है क्योंकि यह जो बनाने ने पंजाब उन्होंने जूझ रहा है ट्रांजिशनल फेज के
ਇਹ ਬਹੁਤ ਖਤਰਨਾਕ ਫੇਜ਼ ਹੈ ਔਰ ਕੱਲ ਨੂੰ ਕੋਈ ਵੀ ਧਿਰ ਇਹਨੂੰ ਐਕਸਪਲੋਇਟ ਕਰ ਸਕਦੀ ਹੈ ਜੇਕਰ ਐਵੇਂ ਚੱਲਦਾ ਰਿਹਾ। ਅਜੇ ਵੀ ਸਾਡੇ ਪੋਲੀਟੀਸ਼ੀਅਨ ਨੇ ਨਾ ਸੋਚਿਆ ਤਾਂ ਥੋੜਾ ਜਿਹਾ ਲਾ ਕੇ ਬੱਚੇ ਆਉਂਦੇ ਨੇ ਨਾ, ਤੁਸੀਂ ਅੰਮ੍ਰਿਤਪਾਲ ਵਰਤਾਰਾ ਕਿੰਨੇ ਦੇਖੇ ਨੇ ਔਰ ਜਿਹੜੇ ਬੰਦੇ ਉਹੀ ਦਬਾਨੇ ਬਣ ਕੇ ਉਸੇ ਸੈਟਅਪ ਦੇ ਵਿੱਚ ਆ ਜਾਂਦੇ ਨੇ, ਫਿਰ ਵੀ ਚਲੋ ਜੀ ਹੋਰ ਤਾਂ ਕੁਝ ਹੈ ਨਹੀਂ, ਚੱਲਦੇ ਆ। ਜੇ ਕੋਈ ਪੁੱਛਦਾ ਤਾਂ ਹੈ ਨਹੀਂ, ਕਿਤੇ ਸਦ ਪੁੱਛ ਹੈ ਨਹੀਂ। ਹਰ ਬੰਦਾ ਜਿਹੜਾ ਨੌਜਵਾਨੀ ਚ ਪੈਰ ਧਰਦਾ ਹੈ ਉਹ ਇੱਕ ਵਾਰ ਅੰਬਰ ਚ ਉੱਡਣਾ ਚਾਹੁੰਦਾ ਹੈ, ਉਹਨੂੰ ਲੱਗਦਾ ਮੇਰੀ ਜ਼ਿੰਦਗੀ ਖੂਬਸੂਰਤ ਹੋਵੇ, ਉਹ ਸੁਪਨਾ ਇੰਨਾ ਤਾਂ ਦੇਖਦਾ ਹੀ ਹੈ ਨਾ। ਤੇ ਜਿਹੜੇ ਰਾਹ ਬੰਦ ਕਰ ਦੋਗੇ ਤੁਸੀਂ ਉਹਦੇ ਸਾਰੇ ਸੁਪਨੇ ਦੇਖਣ ਦੇ, ਜ਼ਿੰਦਗੀ ਦੇ ਵਿੱਚ ਵੀ ਉਹ ਕਹਿੰਦੇ ਜਵਾਨ ਨਹੀਂ ਹੋਏਗਾ, ਤੇ ਜੇ ਤੁਸੀਂ ਇਹੋ ਜਿਹੇ ਰਾਹ ਬੰਦ ਕਰ ਦੋਗੇ ਤਾਂ ਫਿਰ ਉਹ ਕੀ ਕਰੇਗਾ? ਬੇਚੈਨ ਨਹੀਂ ਹੋਏਗਾ ਤਾਂ ਉਹ ਕਿੱਧਰ ਜਾਏਗਾ ਇਹ ਤੋਂ ਬਿਨਾਂ ਹੋਰ ਬਾਕੀ ਦੇ ਮਾਮਲਿਆਂ ਦੇ ਵਿੱਚ? ਇਸ ਕਰਕੇ ਇਸ ਗੱਲ ਤੇ ਸੰਵਾਦ ਕਰਨਾ, ਸੋਚਣਾ, ਚਰਚਾ ਕਰਨਾ ਬੇਹੱਦ ਜ਼ਰੂਰੀ ਹੈ। ਇਹ ਨਾ ਕੇਵਲ ਪੋਲੀਟੀਸ਼ੀਅਨ ਲਈ ਜਿਹਦੇ ਤੋਂ ਨਾ ਉਮੀਦੀ ਹੈ, ਸਭ ਤੋਂ ਜ਼ਿਆਦਾ ਵਧਕ ਤਬਕਿਆਂ ਲਈ, ਪਿੰਡ ਦੀਆਂ ਸੱਥਾਂ ਲਈ। ਗੁਰੂ ਨਾਨਕ ਸਾਹਿਬ ਦਾ ਉਹ ਸੰਦੇਸ਼ ਵੱਲ ਪਿੱਠ ਕਰਕੇ ਖੜੇ ਹਾਂ ਅਸੀਂ, ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਛਣੀਏ ਕਿਛ ਕਹੀਏ, ਸੰਗਤ ਦੇ ਪੈਟਰਨ ਤੋਂ ਅਸੀਂ ਪਿੱਠ ਕਰਕੇ ਖੜੇ ਹਾਂ, ਇੱਕ ਦੂਜੇ ਦੀ ਸੁਣਨੀ ਤੇ ਸੁਣਾਉਣ ਦੀ ਗੱਲ ਤੋਂ ਦੂਰ ਖੜੇ ਹਾਂ। ਕਿਰਤ ਨੂੰ ਧੱਕੇ ਮਾਰ ਰਿਹਾ ਤੇ ਕਿਰਤੀ ਨੂੰ ਧੱਕੇ ਮਾਰ ਰਿਹਾ, ਭਾਈ ਲਾਲੋ ਦੀ ਬਜਾਏ ਮਲਕ ਭਾਗੋ ਨਾਲ ਜਾਰੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਲਗਾਤਾਰ। ਜਿਹੜੇ ਵੀ ਤਬਕੇ ਦਾ ਬੰਦਾ ਹੋਵੇ, ਜੇ ਉੱਪਰ ਲਟਕਣਾ ਚਾਹੁੰਦਾ ਹੈ ਹੇਠਾਂ ਵਾਲੇ ਨੂੰ ਛੱਡ ਕੇ, ਗੁਰੂ ਨਾਨਕ ਦੀ ਫਿਲੋਸਫੀ ਤੋਂ ਬਿਨਾਂ ਪੰਜਾਬ ਨੇ ਬਹਾਰ ਨਹੀਂ ਹੋਣਾ ਮੁਮਕਿਨ। ਤੇ ਇਹ ਦੋਨੇ ਗੱਲਾਂ ਦਾ ਇੱਕ ਬੁਨਿਆਦ ਹੈ ਇਹ। ਇਕੱਲੇ ਕਹਿਣੇ ਦਾ ਕੁਸ਼ਚਨ ਨਹੀਂ, ਐਡਮ ਜਿੱਤਾ ਸਵਾਲ ਨਹੀਂ, ਨਾ ਆਦਰਸ਼ਵਾਦ ਹੈ, ਇਹ ਭੁਗਤ ਹੈ। ਪਿਛਲੇ 50-550 ਸਾਲ ਦਾ ਇੱਕ ਟਰਾਂਜੀਸ਼ਨ, ਇੱਕ ਸੈਟਅਪ ਦੇਖ ਲਓ ਤੁਸੀਂ। ਜਦ ਜਦ ਲੋਕ ਉਸ ਫਿਲੋਸਫੀ ਨਾਲ ਜੁੜਨਗੇ, ਉਦੋਂ ਉਦੋਂ ਲੋਕ ਖੜੇ ਹੋਣਗੇ, ਘੱਟ ਰਹਿ ਕੇ ਵੀ ਬਿਲਕੁਲ ਐ ਹੋ ਗਿਆ ਕਿ ਬਰਬਾਦ ਹੋ ਗਏ, ਇਹਦੇ ਤੋਂ ਬਾਅਦ ਵੀ ਮੁੜ ਕੇ ਪੈਦਾ ਹੁੰਦੇ ਨੇ, ਮੁੜ ਕੇ ਖੜੇ ਹੁੰਦੇ ਨੇ, ਮੁੜ ਕੇ ਬੁਲੰਦੀ ਨੂੰ ਹਾਸਲ ਕਰਦੇ ਨੇ। ਤੇ ਜਦੋਂ ਜਦੋਂ ਉਹਦੇ ਵੱਲ ਪਿੱਠ ਰਹੀ, ਉਹ ਭੀੜ ਹੋਊਗੀ ਤੁਹਾਡੇ ਕੋਲ, ਪਰ ਭੀੜ ਚ ਜਾਨ ਨਹੀਂ ਹੋਏਗੀ, ਭੀੜ ਚੋਂ ਰੂਹ ਨਹੀਂ ਹੋਏਗੀ। ਜਿਹੜੀ ਤੁਸੀਂ ਗੱਲ ਕੀਤੀ ਕਿ ਅਕਾਲੀਆਂ ਦੇ ਵੀ ਬਹੁਤ ਇਕੱਠ ਹੋ ਰਿਹਾ, ਨੈਰੇਟਿਵ ਨਹੀਂ ਸਿਰਜਿਆ ਜਾ ਰਿਹਾ, ਕਾਂਗਰਸੀਆਂ ਦੇ ਵੀ ਉਹ ਸਾਰੇ ਲੈਣ ਦੇਣ ਵਾਲੇ ਬੰਦੇ ਨੇ ਕਿ ਜਦੋਂ ਕਦੇ ਟਿਕਟ ਆਊ ਮੈਨੂੰ ਟਿਕਟ ਮਿਲੂਗੀ, ਮੈਨੂੰ ਸਰਪੰਚ ਬਣਾ ਦੇਣਗੇ, ਮੈਨੂੰ MLA ਬਣਾ ਦੇਣਗੇ। ਇਹ ਲੈਣ ਦੇਣ ਨਹੀਂ ਚੱਲਦਾ ਇਸ ਸੈਟਅਪ ਦੇ ਵਿੱਚ। ਖੂਬਸੂਰਤ ਇੱਕ ਸਮਾਜ, ਬੇਗਮਪੁਰੇ ਦਾ ਕੰਸੈਪਟ, ਹਲੀਮੀ ਰਾਜ ਦਾ ਕੰਸੈਪਟ, ਜਿਹੜਾ ਬਾਰ ਬਾਰ ਗੁਰਦੁਆਰਿਆਂ ਚੋਂ ਬੋਲਿਆ ਜਾਂਦਾ, ਉਹ ਕਿਤੇ ਅਚੇਤ ਮਨ ਚ ਪਿਆ ਹੋਇਆ ਪੰਜਾਬ ਦੇ ਬੰਦੇ ਦੇ, ਉਹਨੂੰ ਸਾਹਮਣੇ ਕਿਵੇਂ ਲਿਆਂਦਾ ਜਾਵੇ, ਉਹਦੀ ਅਗਵਾਈ ਕਿਵੇਂ ਕਰੇ। ਪੰਜਾਬ ਦਾ ਕਿਸਾਨ ਅੰਦੋਲਨ ਨੇ ਇੱਕ ਲੈਵਲ ਦੀ ਚਿਣਗ ਦਿੱਤੀ ਸੀ, ਸਾਰੇ ਪੰਜਾਬ ਦੀ ਰੂਹ ਦੇਖੋ ਉਹਦੇ ਨਾਲ ਕਿਵੇਂ ਇੱਕ ਸੁਰ ਹੋਈ ਸੀ ਕਿ ਹਾਂ ਹੁਣ ਇਹ ਚੀਜ਼ ਹੈ, ਔਰ ਉਹਦੇ ਚੋਂ ਹੀ ਸੇਵਾ ਭਾਵਨਾ ਕਿਵੇਂ ਉੱਭਰ ਕੇ ਸਾਹਮਣੇ ਆਈ, ਉਹਦੇ ਚੋਂ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਦਿਖਾਈ ਦੇ ਰਹੀਆਂ ਸੀ। ਸਾਡੇ ਅਗਵਾਈ ਦੀ ਪ੍ਰੋਬਲਮ ਹੈ, ਪੰਜਾਬ ਦੇ ਲੋਕਾਂ ਦੀ ਪ੍ਰੋਬਲਮ ਦੀ ਮੈਨੂੰ ਜੀ। ਜਿਹਨੇ ਕਵਿਤਾ ਲਿਖਣੀ ਸੀ ਸਰਦਾਰ ਜਗਤਾਰ ਸਿੰਘ ਜੀ, ਉਹ ਖੁਦਕੁਸ਼ੀ ਲਿਖ ਰਿਹਾ ਜਾਂ ਫਿਰ ਉਹ ਧਮਕੀ ਲਿਖ ਰਿਹਾ? ਸਵਾਲ ਇਸ ਗੱਲ ਦਾ ਕਿ ਸਾਡੇ ਪੋਲੀਟੀਸ਼ੀਅਨ ਸਮਾਜ ਦੇ ਹਾਣ ਦੇ ਕਿਉਂ ਨਹੀਂ ਹੋ ਸਕੇ ਕਿ ਉਹਨਾਂ ਨੇ ਜਿਹਨਾਂ ਧਿਰਾਂ ਨੂੰ ਨਾਲ ਲੈ ਕੇ ਤੁਰਨਾ ਸੀ ਉਹਨਾਂ ਤੱਕ ਉਹ ਪਹੁੰਚ ਹੀ ਨਹੀਂ ਸਕੇ? ਅੱਜ ਜੇਕਰ ਇੰਨੀਆਂ ਵੱਡੀਆਂ ਸਮੱਸਿਆਵਾਂ ਦੇ ਬਾਵਜੂਦ ਲੋਕਾਂ ਦੀ ਉਦਾਸੀਨਤਾ ਸਿਆਸਤ ਦੇ ਨਾਲ ਹੋਵੇ, ਤੇ ਉੱਥੋਂ ਸਾਡਾ ਕੋਈ ਸਿਆਸਤਦਾਨ ਜਿਹੜਾ ਏਜੰਡਾ ਡਰਾਈਵ ਕਰਨ ਦੀ ਗੱਲ ਕਰਦਾ ਹੋਵੇ, ਜਿਹੜਾ ਏਜੰਡਾ ਲੈ ਕੇ ਤੁਰਨ ਦੀ ਗੱਲ ਕਰਦਾ ਹੋਵੇ, ਉਹ ਇੰਡੀਆ ਗੱਠਜੋੜ ਦੀ ਐਡਵੋਕੇਸੀ ਇੱਕ ਪਹਾੜ ਨਾਲ ਕਰ ਰਿਹਾ ਹੋਵੇ, ਤੇ ਛੋਟੇ ਮੋਟੇ ਜਿਹੜੇ ਬੇਚੈਨੀਆਂ ਦੇ ਤੂਫਾਨ ਆ ਉਹਨਾਂ ਨੂੰ ਅਣਗੌਲੇ ਕਰ ਦੇਵੇ, ਤਾਂ ਫਿਰ ਇਸ ਖਿੱਤੇ ਦੀ ਜਿਹੜੀ ਤਰਜਮਾਨੀ ਕਰਦੀ ਸੋਚ ਹੈ ਉਹ ਕਿੱਥੇ ਜਾ ਕੇ ਖੜੂਗੀ? ਉਹ ਤਾਂ ਫਿਰ ਉਹਦਾ ਤਰਜਮਾਨ ਕੌਣ ਹੋਊਗਾ, ਉਹਦਾ ਲੀਡਰ ਕੌਣ ਹੋਊਗਾ? ਟੋਟਲ ਜਿੰਨੀ ਅਸੀਂ ਦ੍ਰਿਸ਼ ਵਿੱਚ ਆਗੂਆਂ ਦੀ ਭੀੜ ਦੇਖ ਰਹੇ ਹਾਂ, ਉਹਨਾਂ 'ਚ ਕੋਈ ਵੀ ਸਮੇਂ ਦੇ ਹਾਣ ਦਾ ਨਹੀਂ ਲੱਗਦਾ। ਜੇ ਇੱਕੋ ਹੀ ਹੋਵੇ ਤਾਂ ਸ਼ਾਇਦ ਮੇਰੀ ਨਜ਼ਰ ਤੋਂ ਪਰੇ ਹੋਵੇ, ਪਰ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਕਿ ਹੋ ਕਿਉਂ ਨਹੀਂ ਸਕੇ? ਇਹ ਹੋਲ ਟਾਈਮਰ ਪੋਲੀਟੀਸ਼ੀਅਨ ਨੇ, ਇਹ ਪੂਰੇ ਸਮੇਂ ਲਈ ਸਿਆਸਤਦਾਨ ਬਣੇ ਨੇ, ਇਹਨਾਂ ਕੋਲ ਹੋਰ ਕੋਈ ਕੰਮ ਨਹੀਂ। ਵੱਖਰੀ ਗੱਲ, ਇਹਨਾਂ ਨੇ ਕਾਰੋਬਾਰ ਵੱਡੇ ਨਾਲ ਸ਼ੁਰੂ ਕਰ ਲਏ ਆਪਣੇ ਅਹੁਦਿਆਂ ਦੀਆਂ ਦੁਰਵਰਤੋਂ ਕਰਕੇ, ਜਿਹੜੇ ਹੁਣ ਕਦੇ ਕਦੇ ਜਦੋਂ ਕੋਈ ਜਾਂਚ ਤੁਰਦੀ ਹੈ ਥੋੜੀ ਦੇਰ ਲਈ ਧੂੜ ਉੱਡਦੀ ਫਿਰ ਬਹਿ ਜਾਂਦੀ ਹੈ। ਸੋ ਮੈਂ ਸਮਝਣਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਕੱਚ ਘਰੜ ਬਿਆਨ ਆ ਉਹ ਸਾਡੀ ਧਰਾਤਲ ਨਾਲ ਮੇਲ ਨਹੀਂ ਖਾਂਦੇ, ਤਾਂ ਫਿਰ ਲੋਕ ਹਮੇਸ਼ਾ ਸ਼ੀਸ਼ਾ ਵਿਖਾਉਂਦੇ ਰਹਿੰਦੇ ਆ, ਇਹ ਬੇਚੈਨੀਆਂ ਨੂੰ ਰਾਹ ਨਹੀਂ ਮਿਲਦੇ। ਪੰਜਾਬ ਦਾ ਬੜਾ ਜਿਹੜਾ ਮੈਂ ਕਹਿੰਦਾ ਇਹ ਯੂਨੀਕ ਖਿੱਤਾ ਹੈ, ਇਹਦਾ ਇਤਿਹਾਸ ਵੀ ਕੁਛ ਗੱਲਾਂ 'ਚ ਬਹੁਤ ਯੂਨੀਕ ਹੈ। ਇਹਦੇ ਵਿੱਚ ਸਮੇਂ-ਸਮੇਂ ਤੇ ਜਿਹੜਾ ਏਜੰਡਾ ਸੈੱਟ ਹੋਇਆ ਹਿਸਟੋਰੀਕਲੀ, ਉਹ ਇਸ ਖਿੱਤੇ ਦੇ ਲੋਕਾਂ ਨੇ ਹੀ ਸੈੱਟ ਕੀਤਾ। ਲਗਾਤਾਰ ਇਹ ਲੋਕ ਸੰਘਰਸ਼ ਦਾ ਹਿੱਸਾ ਰਹੇ ਹੈ। ਜੇ ਤੁਸੀਂ ਪਿਛਲੇ 1000 ਸਾਲ ਦਾ ਇਤਿਹਾਸ ਚੱਕ ਕੇ ਦੇਖੋ, ਬਹੁਤ ਘੱਟ ਸਮਾਂ ਹੈ ਜਿੱਥੇ ਲੋਕਾਂ ਨੇ ਕੁਛ ਬੜਾ ਮੋਟਾ ਆਰਾਮ ਕੀਤਾ ਹੋਵੇ, ਨਹੀਂ ਤਾਂ ਲਗਾਤਾਰ ਇਹ ਜੂਝਣ ਦਾ ਵਿਰਸਾ ਹੈ ਇਹਨਾਂ ਦਾ।
ਤੇ ਉਹ ਏਜੰਡੇ ਸਮੇਂ ਸਮੇਂ ਤੇ ਉਹਦੇ ਵਿੱਚੋਂ ਨਿਕਲਦੇ ਆ। ਭਾਵੇਂ ਆਜ਼ਾਦੀ ਦੀ ਲੜਾਈ ਸੀਗੀ, ਭਾਵੇਂ ਪੰਜਾਬੀ ਸੂਬੇ ਦੀ ਲੜਾਈ ਸੀ, ਪਿੱਛੇ ਸਿੱਖ ਸੰਘਰਸ਼ ਚੱਲਿਆ 1978 ਤੋਂ ਬਾਅਦ ਉਹ ਸੀ, ਤੇ ਲੇਟੈਸਟ ਲੈ ਲਓ ਆਪਾਂ ਕਿਸਾਨੀ ਸੰਘਰਸ਼ ਚੱਲਿਆ। ਅੱਗੇ ਇਹ ਹੁੰਦਾ ਸੀਗਾ ਕਿ ਉਸ ਸੰਘਰਸ਼ ਦੇ ਵਿੱਚੋਂ ਕੋਈ ਲੀਡਰਸ਼ਿਪ ਨਿਕਲਿਆ ਕਰਦੀ ਸੀਗੀ। ਇਹ ਪੈਟਰਨ ਹੈ ਨਾਰਮਲ ਸਾਰੀ ਦੁਨੀਆਂ ਦੇ ਵਿੱਚ ਹੈ ਕਿ ਸੰਘਰਸ਼ ਦੇ ਵਿੱਚੋਂ ਅਕਸਰ ਲੀਡਰਸ਼ਿਪ ਅਤੇ ਏਜੰਡਾ ਦੋਵੇਂ ਪੈਦਾ ਹੁੰਦੇ ਆ। ਸੰਘਰਸ਼ ਤਾਂ ਹੁੰਦਾ ਹੀ ਏਜੰਡੇ 'ਤੇ ਆ, ਅਤੇ ਉਹ ਏਜੰਡਾ ਉਹ ਕੰਕਰੀਟ ਬਣਦਾ ਅੱਗੇ ਵੀ ਇਹ ਨਹੀਂ ਰੱਖਦਾ ਇੱਕ ਨਵੇਂ ਮਾਡਲ ਦੀ ਹਮੇਸ਼ਾ ਜਿੱਥੇ ਵੀ ਸੰਘਰਸ਼ ਦੁਨੀਆਂ ਦੇ ਵਿੱਚ ਹੋਵੇ। ਔਰ ਸਭ ਤੋਂ ਜ਼ਿਆਦਾ ਸੰਘਰਸ਼ੀ ਧਰਤੀ ਇਸ ਸਬ ਕੋਂਟੀਨੈਂਟ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਇਹ ਹੈ, ਅਤੇ ਇਹਨੇ ਲਗਾਤਾਰ ਸੰਘਰਸ਼ ਕੀਤੇ ਹੈ ਅਤੇ ਏਜੰਡੇ ਸਿਰਜੇ ਆ। ਲੇਟੈਸਟ ਕਿਸਾਨ ਸੰਘਰਸ਼ ਸੀਗਾ, ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਸੰਘਰਸ਼ ਦੇ ਵਿੱਚ ਕਮੀ ਕੀ ਕਮੀ ਰਹਿ ਗਈ। ਇਹ ਸੰਘਰਸ਼ ਉਸ ਰੂਪ ਦੇ ਵਿੱਚ ਇਹ ਜਦੋਂ ਮੈਂ ਉਸ ਰੂਪ ਦੀ ਗੱਲ ਕਰਦਾ ਹੈ ਅਤੇ ਇਹ ਜਿਹੜਾ ਏਜੰਡਾ ਹੁੰਦਾ ਹੈ ਉਹ ਉਸ ਰੂਪ ਦੇ ਵਿੱਚ ਨਹੀਂ ਬਣਾ ਸਕਿਆ। ਲੀਡਰਸ਼ਿਪ ਤਾਂ ਐਮਰਜ ਹੋਈ ਨਹੀਂ ਨਾ, ਉਹ ਤਾਂ ਸਬਜੈਕਟ ਹੀ ਵੱਖਰਾ ਹੈ। ਮਤਲਬ ਇਹ ਵੀ ਸਟੱਡੀ ਕਰਨ ਵਾਲੀ ਗੱਲ ਹੈ ਵੀ ਇਸ ਸੰਘਰਸ਼ ਦੀ ਕਿ ਐਡਾ ਵੱਡਾ ਸੰਘਰਸ਼ ਹੋਵੇ, ਸਾਰੀ ਦੁਨੀਆਂ ਦੀਆਂ ਨਜ਼ਰਾਂ ਇਸ ਸੰਘਰਸ਼ 'ਤੇ ਹੋਣ, ਯੂਨੀਕ ਸੰਘਰਸ਼ ਆਪਣੇ ਆਪ ਦੇ ਵਿੱਚ, ਐਡਾ ਵੱਡਾ ਪੀਸਫੁਲ ਸੰਘਰਸ਼, ਐਡਾ ਲੰਬਾ ਸਮਾਂ ਚੱਲਣਾ ਇਤਿਹਾਸ 'ਚ ਹੋਰ ਕੋਈ ਮਿਲਦਾ ਨਹੀਂ। ਅਸੀਂ ਮਹਾਤਮਾ ਗਾਂਧੀ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, ਇਹ ਸੰਘਰਸ਼ ਤਾਂ ਉਸ ਪੀਸਫੁਲ ਸੰਘਰਸ਼ ਤੋਂ ਵੱਡਾ ਸੀਗਾ। ਜੇ ਆਪਾਂ ਹੋਰ ਪਾਸੇ ਦੇਖੀਏ ਲੀਡਰਸ਼ਿਪ ਕਿਉਂ ਨਹੀਂ ਪੈਦਾ ਹੋਈ ਇਹਦੇ ਵਿੱਚੋਂ, ਅਤੇ ਜਿਸ ਪੰਜਾਬ ਦੇ ਦੁਖਾਂਤ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਜਿਹੜੇ ਇਹਦੇ ਇਲਾਜ ਹੈ ਕਿ ਇਹਦੇ ਵਿੱਚੋਂ ਪੈਦਾ ਨਹੀਂ ਸੀ ਹੋਣੇ ਚਾਹੀਦੇ ਉਸ ਖਿੱਤੇ ਦੇ, ਉਹ ਵੀ ਨਹੀਂ ਪੈਦਾ ਹੋਏ। ਸੋ ਇਹ ਸਾਰੀਆਂ ਗੱਲਾਂ ਸੰਘਰਸ਼ ਕਰਨ ਵਾਲੀਆਂ ਹੁਣ ਜੋ ਤੁਸੀਂ ਗੱਲ ਕੀਤੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜਾ ਟਵੀਟ ਕੀਤਾ ਹੈ ਇੰਡੀਆ ਅਲਾਇੰਸ ਦੀ, ਇੰਡੀਆ ਅਲਾਇੰਸ ਇੱਕ ਜ਼ਰੀਆ ਹੈ। ਸਰਕਾਰਾਂ ਲਗਾਤਾਰ ਬਦਲਦੀਆਂ, ਹੁਣ ਵੀ ਬਦਲ ਜਾਏਗੀ ਕੋਈ ਗੱਲ ਨਹੀਂ। ਜਿਹੜੀ ਉਹ ਗੱਲ ਕਰ ਰਹੇ ਵੀ ਇੰਡੀਆ ਅਲਾਇੰਸ ਤਾਂ ਪਹਾੜ ਵਰਗੀ ਹੈ ਅਤੇ ਸਭ ਕੁਛ ਹੈ, ਬਿਲਕੁਲ ਮੰਨ ਕੇ ਚੱਲਦੇ ਹਾਂ ਆਪਾਂ, ਪਹਾੜ ਵਰਗੀ ਅਲਾਇੰਸ ਹੈਗੀ ਹੈ। ਪੰਜਾਬ ਦੀ ਕਾਂਗਰਸ ਡਿਵਾਈਡਡ ਹੈ ਸਾਰੇ ਇਸ਼ੂ 'ਤੇ, ਲੋਕ ਕਿੱਥੇ ਖੜ੍ਹੇ ਆ, ਗੱਲ ਤਾਂ ਲੋਕਾਂ ਦੀ ਹੈ ਨਾ, ਲੋਕ ਕਿੱਧਰ ਜਾਣ ਪੰਜਾਬ ਦੇ। ਗੱਲ ਇਹ ਹੈ ਕਿ ਇੰਡੀਆ ਅਲਾਇੰਸ ਦੇ ਜਿੱਤਣ ਨਾਲ ਪੰਜਾਬ ਨੂੰ ਕੋਈ ਨਵੀਂ ਸੇਧ ਮਿਲੇਗੀ। ਮੈਂ ਰੂਲ ਆਊਟ ਕਦੇ ਵੀ ਨਹੀਂ ਕਰਦਾ, ਉਹਦਾ ਮੈਂ ਨਿਰਾਸ਼ਾਵਾਦੀ ਕਦੇ ਵੀ ਨਹੀਂ ਹੋਇਆ ਜ਼ਿੰਦਗੀ ਦੇ ਵਿੱਚ। ਆਪਾਂ ਮੰਨ ਕੇ ਤੁਰਦੇ ਹੋਏਗੀ, ਚੇਂਜ ਤਾਂ ਲੀਡਰਸ਼ਿਪ ਦੀ ਸਿਆਸੀ ਪਾਰਟੀਆਂ ਦੀ ਪਹਿਲਾਂ ਬੜੀ ਵਾਰੀ ਆਈ ਹੈ। ਕੀ ਇਕੱਲੀ ਚੇਂਜ ਦੇ ਨਾਲ ਇਹ ਸਮੱਸਿਆ ਹੱਲ ਹੁੰਦੀ ਹੈ? ਹੱਲ ਹੁੰਦੀ ਹੀ ਨਹੀਂ। ਸਾਨੂੰ ਸੁਪਨੇ ਬੜੀ ਵਾਰੀ ਲੀਡਰਸ਼ਿਪ ਨੇ ਦਿਖਾਏ ਆ, ਪਹਿਲਾਂ ਦਿਖਾਉਂਦੇ ਰਹੇ ਆ ਕਿ ਖਾਸ ਕਰਕੇ ਕਿਉਂਕਿ ਜਿਹੜੀ ਪਾਰਟੀ ਇਸ ਇਲਾਕੇ ਨਾਲ ਆਈਡੈਂਟੀਫਾਈ ਕੀਤੀ ਜਾਂਦੀ ਹੈ ਉਹ ਸਿਰਫ ਅਤੇ ਸਿਰਫ ਅਕਾਲੀ ਦਲ ਹੈ। ਅਕਾਲੀ ਦਲ ਨੇ ਬੜੇ ਏਜੰਡੇ ਸੈੱਟ ਕੀਤੇ, ਬੜੇ ਲੋਕਾਂ ਨੂੰ ਸੁਪਨੇ ਵੀ ਦਿਖਾਏ। ਕਿਤੇ ਪਾਰਟੀ ਅਲਟੀਮੇਟਲੀ ਡੀਰੇਲ ਹੋ ਗਈ, ਹੁਣ ਉਹਦੇ ਕਾਰਨ ਵੀ ਲੱਭਣ ਵਾਲੇ, ਅਸੀਂ ਤਾਂ ਉਹ ਵੀ ਨਹੀਂ ਲੱਭੇ ਅਜੇ ਵੀ ਡੀਰੇਲ ਕਿਉਂ ਹੋਈ ਹੈ। ਅਸੀਂ ਤਾਂ ਇਹ ਵੀ ਨਹੀਂ ਕਦੇ ਹੁਣ ਤੱਕ ਸਟੱਡੀ ਕੀਤਾ ਵੀ ਜਿਸ ਸੰਘਰਸ਼ ਨੇ ਇਹਦੇ ਵਿੱਚ 35-40 ਹਜ਼ਾਰ ਬੰਦਾ ਮਰ ਗਿਆ ਉਹ ਕੀ ਸੀ ਅਤੇ ਇਹ ਸਾਰਾ ਕੁਛ ਕਿਉਂ ਵਾਪਰਿਆ। ਸੋ ਇਹ ਵੀ ਸਾਡਾ ਅਜੀਬ ਜਿਹਾ ਦੁਖਾਤ ਆ ਸਾਰੀ ਗੱਲ 'ਤੇ ਆ ਕੇ। ਲੇਕਿਨ ਜਿਸ ਪਾਸੇ ਹੁਣ ਤੁਹਾਡੀ ਸਾਰੀ ਸਗਲ ਸਾਡੀ ਜਾਂ ਏਜੰਡਾ ਸੈੱਟ ਹੋਣ ਦੀ ਗੱਲ ਹੋ ਰਹੀ ਹੈ, ਏਜੰਡਾ ਸੈੱਟ ਕਰਨ ਦੀ ਕੀ ਹੈ? ਹੁਣ ਤਾਂ ਏਜੰਡਾ ਇਹ ਬਣਾ ਰਹੇ ਹੈ ਕਿ ਨੈਸ਼ਨਲ ਲੈਵਲ 'ਤੇ ਜੋ ਕੁਛ ਹੋ ਰਿਹਾ ਉਹਦੇ 'ਚ ਪੰਜਾਬ ਦਾ ਪਾਰਟ ਕੀ ਹੈ? ਅਸੀਂ ਤਾਂ ਬਹੁਤ ਛੋਟਾ ਜਿਹਾ ਹਿੱਸਾ ਹੈ ਉਸ ਏਜੰਡੇ ਦਾ। ਨੈਸ਼ਨਲ ਲੈਵਲ 'ਤੇ ਸੈਕੂਲਰ ਵਰਸਿਸ ਕਮਿਊਨਲ ਪੋਲੀਟਿਕਸ, ਇਹਦਾ ਏਜੰਡਾ ਸੈੱਟ ਹੋ ਰਿਹਾ। ਪੰਜਾਬ ਬੇਸਿਕਲੀ ਹਮੇਸ਼ਾ ਹੀ ਸੈਕੂਲਰ ਸਟੇਟ ਰਹੀ ਹੈ। ਸਾਡੇ ਤਾਂ ਸਾਰੇ ਸੰਘਰਸ਼ੀ ਲਗਾਤਾਰ ਬਾਈ ਐਂਡ ਲਾਰਜ ਸੈਕੂਲਰ ਰਹੇ ਆ। ਜੇ ਇੱਕ ਸਿੱਖ ਸੰਘਰਸ਼ ਵਾਲਾ ਜਿਹੜਾ ਮਿਲੀਟਰੀ ਪੀਰੀਅਡ ਛੱਡ ਦਿਓ, ਉਹਦੇ 'ਚ ਵੀ ਕਮਿਊਨਲ ਟੈਨਸ਼ਨ ਨਹੀਂ ਹੋਈ, ਕਮਿਊਨਲ ਕਲੈਸ਼ ਨਹੀਂ ਹੋਏ, ਟੈਨਸ਼ਨ ਹੋ ਜਾਂਦੀ ਸੀਗੀ, ਕਲੈਸ਼ ਕਦੇ ਵੀ ਨਹੀਂ ਹੋਏ। ਪੰਜਾਬ ਦੀ ਖੂਬਸੂਰਤੀ ਇਹੀ ਹੈ, ਪੰਜਾਬ ਇੱਕੋ ਹਲਕਾ ਹੈ ਜਿੱਥੇ ਇਹੋ ਜਿਹੀ ਸਿਆਸਤ ਵੀ ਹੋਈ ਲੇਕਿਨ ਉੱਥੇ ਕਲੈਸ਼ ਕਦੇ ਨਹੀਂ ਹੋਇਆ। ਇੱਕ ਲਿਮਿਟਿਡ ਪੋਲਰਾਈਜੇਸ਼ਨ ਹੁੰਦੀ ਹੈ, ਉਹ ਵੀ ਜਦੋਂ ਸਿਚੁਏਸ਼ਨ ਨਾਰਮਲ ਹੋ ਜਾਂਦੀ ਹੈ ਉਹ ਵੀ ਮੁੱਕ ਜਾਂਦੀ ਹੈ।
तो हुण जे एजेंडा इंडिया ने सैट करना है तो सरकार बदलता ही करना है, तो कांग्रेस से आप दी आपसी जिहड़ी खहबाजी है ये विचों निकलना है या की होना है। कांग्रसी आपस अजे लड़ रहे हैं, इस तो वादा जो कुछ नहीं गा, लेकिन ये जिस ढंग के नाल आम आदमी पार्टी कांग्रेस के लीडर कन्फेडरेशन पई हुई है इन दोवां दा नुकसान आपस दे विच ही है जी। लगभग हुण दी संभावना यही लग रही है कि शायद ये कल्ले कल्ले लड़न लई जाणगे, जे बंगाल वाली स्थिति नूं देखिए केरल वाली नूं देखिए तां हो सकदा कि किते आम राय बण जाए इन्हां दी कोआर्डीनेशन कमेटी च कि जिथे जिथे भारतीय जनता पार्टी नाल सिद्धा मुकाबला नहीं है उत्थे उत्थे आपस विच वी लड़ लो, जिहड़ियां जित के आउणगियां उह तां मुड़ के इक्को जगह ही रहणियां ने। खैर इह पंजाब दे कांग्रसी सिर सुट के इस गल ते लड़ रहे आ कि सानूं वखरियां जाण दिओ, कित यह ना हो सत्ताधारियों के खिलाफ जो लोग मन च कोई रोस हो तो साढ़े भी खाते च पै जाए। सरदार हमीर सिंह जी, जदों सरदार जगतार सिंह गल कर रहे थे कि जिहड़ा किसान अंदोलन सी उस तो बाद एजेंडे के रूप के लीडरशिप के रूप के ज्यादा कुछ नहीं निकलिया, तो मैनू ये एक ही प्राप्ति दिस रही थी जिहड़ी जिन्नी रवायती पॉलिटिक्स उन्हूं रिजैक्ट किया गया तुरंत प्रभाव नाल जिहड़ी इलैक्शन हुई है 22 की, उस तो अलावा लीडरशिप भी इमर्ज नहीं हुई और एजेंडा भी शायद अजे तक लोग धुंधल के च ने। पर मैं तुहाडे तों पुछना चाहुंदा जिहड़ा मैनूं सीधा अपने आप लई भी ये जवाब नहीं मिल रहा कि हुण होवेगा की, मतलब इन्ने पानी पुलां थल्लों दी बह गए एड्डा वड्डा अंदोलन इन्नी रिजैक्शन पोलिटिकल धिरां दी, उस तो बाद नवे भी एक तरह नाल रद्द हो चुके आ हुण तक आउंदिआं आउंदिआं उहनां नूं समझ नहीं आ रही कि सिख मसले अड्रैस किवें होणे आ, सांझे मसले अड्रैस किवें होणे आ, आर्थिकता दा मसला अड्रैस किवें होणा है, नपीड़ियां धिरां लई किद्दां खड़ना है, नीतियां की बनाउणियां, दिल्ली दा मॉडल पंजाब दे लई नहीं बणिआ होइआ उहनां नूं समझ नहीं आ रही। मैं उहनां नूं अज दे दिन तक डेढ़ साल दे विच बहुता कामयाब नहीं मन रहा, तां हुण की होवेगा? मैं तुहाडे तों इह समझणा चाहुंदा अपने लई कि इस तों अगे की आ। ਇਹਦੇ ਚ ਕਿੰਨੇ ਫੈਕਟਰ ਹੁੰਦੇ ਨੇ, ਇੱਕ ਤਾਂ ਬਾਹਰਲੇ ਫੈਕਟਰ ਵੀ ਹੁੰਦੇ ਨੇ ਤੇ ਅੰਦਰੂਨੀ ਫੈਕਟਰ ਨੇ ਕਿਸੇ ਵੀ ਚੀਜ਼ ਦੀ, ਜਿਹੜੇ ਅੰਦਾਜ਼ੇ ਲਾਉਣ ਦੇ ਵਾਸਤੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਮੈਨੂੰ ਲੱਗਦਾ ਇੱਕ ਨੈਰੇਟਿਵ ਤਾਂ ਇਹ ਸਿਰਜਿਆ ਜਾ ਰਿਹਾ ਜਿਹੜਾ ਇੰਟਰਨੈਸ਼ਨਲੀ ਹੈ ਅੱਜ ਕੱਲ੍ਹ, ਤੇ ਉਹ ਪੰਜਾਬ ਦੇ ਲੋਕ ਤਾਂ ਸਾਰੇ ਚਿੰਤਤ ਨੇ ਉਸੇ ਤੋਂ, ਟਰੂਡੋ ਵਾਲੇ ਮਾਮਲੇ ਤੋਂ ਲੈ ਕੇ ਉਦੋਂ ਤੋਂ ਲੈ ਕੇ ਇੱਕ ਨਵਾਂ ਨੈਰੇਟਿਵ ਬਣਿਆ ਜਿਹੜਾ ਉਸ ਗੱਲ ਨੇ ਬਣਾਤਾ ਲਗਾਤਾਰ, ਤਾਂ ਉਹਦੇ ਦੇ ਵਿੱਚ ਇੱਕ ਤਰੀਕਾ ਹੁੰਦਾ ਕੱਟੜ ਨੈਸ਼ਨਲਿਜ਼ਮ ਦਾ, ਇੱਕ ਤਰੀਕਾ ਹੁੰਦਾ ਡੈਮੋਕ੍ਰੇਟਾਈਜੇਸ਼ਨ ਦੇ ਤਰੀਕੇ ਨਾਲ ਹਿਊਮਨ ਰਾਈਟਸ ਦੇ ਐਂਗਲ ਤੋਂ ਸੋਚਣ ਦਾ। ਸਾਡਾ ਨਜ਼ਰੀਆ ਅਜੇ ਤੱਕ ਉਹ ਨਹੀਂ ਬਣ ਰਿਹਾ ਕਿ ਅਸੀਂ ਹਿਊਮਨ ਰਾਈਟਸ ਦਾ ਐਂਗਲ ਵੀ ਦੇਖਣਾ ਹੈ, ਅਸੀਂ ਡੈਮੋਕ੍ਰੇਸੀ ਵੀ ਦੇਖਣੀ ਹੈ, ਅਸੀਂ ਬਾਕੀ ਇਹ ਬਲੇਮ ਗੇਮ ਦਾ ਇੱਕ ਚੱਕਰ ਹੈ ਆਪੋ ਆਪਣੀ ਜਗ੍ਹਾ ਜਿਹੜਾ ਵਾਪਰ ਰਿਹਾ, ਤਾਂ ਉਹਦੇ ਚ ਇੱਕ ਮਿਨੋਰਿਟੀ ਟਾਰਗੇਟ ਹੋਊਗੀ ਆਉਣ ਵਾਲੇ ਦਿਨਾਂ ਚ, ਜੇ ਨੈਰੇਟਿਵ ਕੰਟਰੀ ਚ ਇਹ ਬਣਾ ਦਿੱਤਾ ਗਿਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਆਏ ਦਿਨ ਚੀਜ਼ਾਂ ਲਿਖੀਆਂ ਜਾ ਰਹੀਆਂ ਨੇ, ਅੱਗੋਂ ਦਾ ਤੇ ਬਹਿਸਾਂ ਹੋ ਰਹੀਆਂ ਨੇ, ਉਹਦੇ ਤੇ ਗੱਲ ਚੱਲ ਰਹੀ ਹੈ ਅਲੱਗ ਅਲੱਗ, ਤਾਂ ਪੰਜਾਬ ਦੇ ਹੱਥ ਚ ਉਹਦੀ ਹੋਣੀ ਨੀ ਰਹਿੰਦੀ ਹੁੰਦੀ, ਤੇ ਹੋਣੀ ਕਈ ਵਾਰ ਬਾਹਰੋਂ ਲਿਖੀ ਜਾਂਦੀ ਹੈ, ਆਲੇ ਦੁਆਲੇ ਹੋਰਾਂ ਘਟਨਾਵਾਂ ਲਿਖਦੀਆਂ ਨੇ, ਤੇ ਇਸ ਬਸ ਦੇ ਵਿੱਚ ਐਡੇ ਵੱਡੀ ਲੀਡਰਸ਼ਿਪ ਨਹੀਂ ਹੁੰਦੀ ਕਿ ਜਿਹੜੀ ਉਹਨੂੰ ਉਸ ਪਾਏ ਤੇ ਚੱਕ ਕੇ ਲੈ ਜੇ। ਸਾਡੇ ਬਹੁਤ ਜ਼ਿਆਦਾ ਅਸਲ ਦੇ ਵਿੱਚ ਜਦੋਂ ਇਤਿਹਾਸਿਕ ਤੌਰ ਤੇ ਟਰਨਿੰਗ ਪੁਆਇੰਟ ਆਉਂਦੇ ਰਹੇ, ਤਾਂ ਉਹਨਾਂ ਟਰਨਿੰਗ ਪੁਆਇੰਟਸ ਦੇ ਵਿੱਚ ਅਸੀਂ ਸਕਸੈਸਫੁਲ ਗਿਣਦੇ ਹਾਂ। ਇੱਕੋ ਹੀ ਗੱਲ ਕਿ ਮਿਸਲਾਂ ਤੋਂ ਬਾਅਦ ਜਦੋਂ ਮੁਗਲ ਜਾਂਦੇ ਨੇ ਬਾਕੀ ਦੇ ਚੀਜ਼ਾਂ ਨੇ, ਤਾਂ ਮਹਾਰਾਜਾ ਰਣਜੀਤ ਸਿੰਘ 11-12% ਦੀ ਪਾਪੂਲੇਸ਼ਨ ਵਾਲਾ, ਜਿਹੜਾ ਰਾਜਮੋਹਨ ਗਾਂਧੀ ਆਪਣੀ ਕਿਤਾਬ ਚ ਸਵਾਲ ਉਠਾਉਂਦਾ ਕਿ ਐਡੀ ਥੋੜੀ ਮਿਨੋਰਟੀ ਤੇ ਰੂਲਰ ਕਿਵੇਂ ਬਣ ਜਾਂਦੀ ਹੈ, ਸ਼ਾਸਕ ਕਿਵੇਂ ਬਣ ਜਾਂਦੀ ਹੈ, ਇਹਦੇ ਪਿੱਛੇ ਕੀ ਤਾਕਤ ਹੈ, ਕਿਹੜੀਆਂ ਚੀਜ਼ਾਂ ਨੇ, ਤੇ ਨਹੀਂ ਤਾਂ ਉਹਨਾਂ ਤੋਂ ਬਾਅਦ ਸੈਕੰਡ ਹਿੰਦੂ ਪਾਪੂਲੇਸ਼ਨ ਸੀ ਤੇ ਬਾਕੀ ਸੀ। ਉਹ ਜਦੋਂ ਸੋਚਦੇ ਨੇ ਉਸ ਤਰੀਕੇ ਦਾ ਲਗਾਤਾਰ ਆਉਂਦੇ, 47 ਚ ਅਸੀਂ ਸਾਡਾ ਸੈਕੂਲਰਿਜ਼ਮ ਵੀ, ਕਿਉਂਕਿ ਮੇਨ ਲੀਡਿੰਗ ਪਾਰਟੀ ਕਾਂਗਰਸ ਸੀ, ਈਵਨ ਅਕਾਲੀ ਦਲ ਵੀ, ਜਿਹੜੇ ਪੰਥ ਦੀ ਅਗਵਾਈ ਦੀ ਗੱਲ ਹੈ, ਸੈਕੂਲਰ ਧਰਤੀ ਸੀ ਇਹ ਸਾਰੀ, ਇੱਥੇ ਯੂਨੀਅਨਿਸਟ ਪਾਰਟੀ ਦਾ ਰਾਜ, ਕਿਉਂ ਘਟਾਵਾਡੀ ਹੋ ਜਾਂਦੀ ਹੈ? 47 ਇੱਕ ਅਪਵਾਦ ਹੈ ਜਿਹਦੇ ਚ ਅਸੀਂ ਆਪਸ ਚ ਇੱਕ ਦੂਜੇ ਨੂੰ ਮਾਰਨ ਲੱਗ ਗਏ, ਫੈਸਲਾ ਦਿੱਲੀ ਚ ਹੁੰਦਾ ਹੈ ਤੇ ਘਟਾਵਾਡੀ ਇੱਥੇ ਪੰਜਾਬ ਦੀ ਧਰਤੀ ਦੇ ਉੱਤੇ ਹੋ ਜਾਂਦੀ ਹੈ। ਇਸੇ ਕਰਕੇ ਮੈਨੂੰ ਲੱਗਦਾ ਪੰਜਾਬ ਨੂੰ ਜਿਹੜੇ ਐਕਸਟਰਨਲ ਫੈਕਟਰ ਨੇ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਰਹੇ ਨੇ ਇੰਟਰਨਲੀ ਆਪਣੇ ਸੈਟਅਪ ਦੇ ਵਿੱਚੋਂ। ਉਸ ਪਾਏ ਦੀ ਲੀਡਰਸ਼ਿਪ ਦਾ ਇਮਰਜ ਹੋਣਾ, ਸਾਰੇ ਇੰਟਰਨੈਸ਼ਨਲ ਨੈਸ਼ਨਲ ਹਾਲਾਤਾਂ ਨੂੰ ਦੇਖ ਕੇ ਇੱਕ ਏਜੰਡਾ ਘੜਨਾ ਤੇ ਪੰਜਾਬ ਦੀ ਹੋਣੀ ਦੇ ਹਾਣ ਤੇ ਬਣਨ ਲਈ ਇੱਕ ਮੂਵਮੈਂਟ ਬਿਲਡ ਕਰਨਾ, ਇਹ ਜ਼ਰੂਰਤ ਹੈ ਪੰਜਾਬ ਦੀ। ਅਜੇ ਹੋਊਗਾ ਕੀ ਇਹ ਨਹੀਂ ਕਿਹਾ ਜਾ ਸਕਦਾ, ਕੇਵਲ ਇਲੈਕਟੋਰਲ ਪੋਲਿਟਿਕਸ ਜਿਹੜੀ ਹੋਣਾ ਹੈ, ਕਿਹੜੀ ਅਗਲੀ ਸਰਕਾਰ ਕਿਹੜੀ ਆਊਗੀ ਕਿਹਦੀ ਆਊਗੀ, ਇਹ ਪੰਜਾਬ ਦੀ ਹੋਣੀ
नहीं कर सकती। पंजाबियों नूं इलैक्टोरल पॉलिटिक्स रद्द नहीं कीती जा सकती। वोटां एक इंपॉर्टेंट जरिया है, लोगों को राय प्रगट करने का एक हक मिलता है, पर उहदे तों बिना जिहड़ी पंजाब दी धरातल ते पंजाब दी जरखेज जमीन दे विचों कोई आइडिया पनपना हुंदा आपसी सहमति दा, जिहड़ा किसान अंदोलन ने एक धरातल बना के दिखाई है कि इत्थों चलिया जा सकदा है, ਉਹ ਹੋਣ ਦੇ ਸਵਾਲ ਨੇ। ਪਾਣੀ ਮੁੱਕਣ ਚੱਲੇ ਆ, ਇਨਵਾਇਰਨਮੈਂਟ ਪਲੀਤ ਹੋ ਗਿਆ, ਕੈਂਸਰ ਕਾਲਾ ਪੀਲੀਆ ਪੈਰ ਪਸਾਰ ਰਿਹਾ, ਡਿਫਰੈਂਟ ਟਾਈਪ ਦੀ ਨਾਮ ਬੀਤੀ ਹੈ। ਇਹ ਵੱਡੇ ਮਸਲੇ ਨੇ ਜਿਹੜੇ ਕੇਵਲ ਇਲੈਕਟੋਰਲ ਪੋਲਿਟਿਕਸ ਦੀ ਇਹਦੇ ਵਿੱਚ ਦੀ ਨਹੀਂ ਹੈ, ਉਹ ਐਡੇ ਜੋਗੀ ਨਹੀਂ ਹੋ ਸਕਦੀ ਜਿਹੜਾ ਮਰਜ਼ੀ ਆ ਜਾਏ ਕਿ ਉਹ ਕਰ ਲਊਗਾ। ਇਹਦੇ ਵਿੱਚ ਇੱਕ ਕਲੈਕਟਿਵ ਐਫਰਟ ਦੀ ਲੋੜ ਹੈ, ਸਮੂਹਿਕ ਮਤਲਬ ਕੋਸ਼ਿਸ਼ ਦੀ ਲੋੜ ਹੈ। ਉਹਦੇ ਚੋਂ ਸ਼ਾਇਦ ਇੱਕ ਪੋਲਿਟਿਕਸ ਵੀ ਮਰਜ਼ ਉਸ ਪੱਧਰ ਦੇ ਉੱਤੇ ਕੀਤੇ। ਜਿਹੜਾ ਕਿਸਾਨ ਅੰਦੋਲਨ ਚੋਂ ਲੀਡਰਸ਼ਿਪ ਹੈ ਮਰਜ਼ ਕਿਉਂ ਨਹੀਂ ਹੋਈ, ਉਹ ਇਹੀ ਹੈ ਕਿ ਸਾਨੂੰ ਇੱਕ ਲੰਮੇ ਸਮੇਂ ਤੋਂ ਅਸੀਂ ਪੋਲਿਟਿਕਸ ਤੋਂ ਡਿਟੈਚ ਹੋ ਗਏ। ਪੋਲਿਟਿਕਸ ਬਾਰੇ ਇਹ ਸਮਝਿਆ ਗਿਆ ਕਿ ਇਹ ਤਾਂ ਜੀ ਐਵੇਂ ਆ, ਮਤਲਬ ਚੰਗੇ ਲੋਕਾਂ ਦਾ ਤਾਂ ਇਹ ਖੇਡ ਹੀ ਨਹੀਂ ਹੈ, ਇਹਦੇ ਚ ਆਉਣ ਦਾ ਕੋਈ ਮਤਲਬ ਨਹੀਂ। ਬਾਰ ਬਾਰ ਉਹਨਾਂ ਹੀ ਕਿਸਾਨ ਜਥੇਬੰਦੀਆਂ ਨੇ ਸਾਨੂੰ ਜਾਂ ਬਾਕੀ ਦੇ ਲੋਕਾਂ ਨੇ ਵੀ ਬਾਰ ਬਾਰ ਇਹ ਕਿਹਾ ਵੀ ਤੁਸੀਂ ਕਿਸਾਨ ਕੀ ਲੈਣਾ ਪੋਲਿਟਿਕਸ ਤੋਂ, ਪੋਲਿਟਿਕਸ ਦਾ ਤਾਂ ਗੰਦੀ ਖੇਡ ਹੁੰਦੀ ਹੈ, ਆਪਣਾ ਉਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ, ਤਾਂ ਫਿਰ ਇੱਕੋ ਦਮ ਤੁਸੀਂ ਪੋਲੀਟੀਕਲ ਟਰਨ ਲੈ ਜਾਓਗੇ। ਇਹ ਬੜਾ ਔਖਾ ਕੰਮ ਹੁੰਦਾ ਹੈ, ਮੇਰੇ ਖਿਆਲ ਹੈ ਮੁਸ਼ਕਿਲ ਕੰਮ ਹੈ। ਇਹ ਵੀ ਇੱਕ ਪ੍ਰੋਸੈਸ ਹੁੰਦਾ ਹੈ ਉਹਦੇ ਚ ਉਹਨੂੰ ਤੋੜ ਕੇ ਉਸ ਪੱਧਰ ਦੇ ਵਿੱਚ। ਦੂਜਾ, ਉਹ ਮੂਵਮੈਂਟ ਦੀ ਅਗਵਾਈ ਕੇਵਲ ਕਿਸਾਨੀ ਨੇ ਕੀਤੀ, ਕਿਸਾਨੀ ਤੋਂ ਬਾਹਰ ਇੱਕ ਬਹੁਤ ਵੱਡਾ ਤਬਕਾ ਜਿਹੜਾ 80% ਹਿੱਸਾ ਹੈ ਉਹ ਬਾਹਰ ਹੈ ਅਜੇ ਤੱਕ। ਚਾਹੇ ਅਸੀਂ ਮਜ਼ਦੂਰ ਕਿਸਾਨ ਏਕਤਾ ਕਹਿੰਦੇ ਰਹੇ ਹਾਂ, ਪਰ ਮਜ਼ਦੂਰ ਦਾ ਬੈਨਰ ਸੀਗਾ, ਮਜ਼ਦੂਰ ਦੇ ਨਾਲ ਉਹ ਗਰਬਕੜੀ ਨਹੀਂ ਕਿਸਾਨ ਦੀ ਪਈ ਹੋਈ ਸੀ, ਜਿਹੜੀ ਸੰਤਰਾਮ ਉਦਾਸੀ ਕਈ ਵਾਰ ਕਹਿੰਦਾ, ਗਲ ਲੱਗ ਕੇ ਸੇਰੀ ਦੇ ਜੱਟ ਰੋਵੇ, ਬੋੜਾਂ ਵਿੱਚੋਂ ਨੀਰ ਵਗਿਆ, ਲਿਆ ਤੰਗੜੀ ਨਸੀਬਾਂ ਨੂੰ ਫਰੋੜੀਏ, ਬੋੜਾਂ ਵਿੱਚੋਂ ਤੂੜੀ ਵਿੱਚੋਂ ਪੁੱਤ ਜੱਗਿਆ। ਉਹ ਜਿਹੜਾ ਇੱਕ ਕਲਚਰ ਦਾ ਹੁੰਦਾ ਨਾ ਕਿ ਦੋਨਾਂ ਦਾ ਰਿਲੇਸ਼ਨ ਦਾ ਜਿਹੜਾ ਇੱਕ ਕੁਐਸਚਨ ਹੈ ਉਹ ਅਜੇ ਨਹੀਂ ਹੈ, ਉਹ ਬ੍ਰੇਕਅਪ ਹੈ ਕਾਫੀ ਵੱਡੇ ਪੱਧਰ ਦੇ ਉੱਤੇ। ਕਈ ਜਗ੍ਹਾ ਬਾਈਕਾਟ ਦਾ ਸੱਦਾ ਵੀ, ਕਿਤੇ ਕਿਤੇ ਇਹ ਚੀਜ਼ਾਂ ਵੀ ਆਉਂਦੀਆਂ ਨੇ ਉਸ ਲੈਵਲ ਦੇ ਉੱਤੇ ਵੀ ਚੱਲਦਾ। ਤੇ ਉਦੋਂ ਬਾਅਦ ਇੱਕ ਸ਼ਹਿਰੀ ਕਾਰਬਨ ਵਰਗ ਵੀ ਇਹੋ ਜਿਹਾ ਪੈਦਾ ਹੋ ਗਿਆ ਵੱਡਾ, ਜਿਹੜਾ ਜਿਹਦੀਆਂ ਆਪਣੀਆਂ ਜ਼ਰੂਰਤਾਂ ਨੇ, ਆਪਣੇ ਢੰਗ ਨਾਲ ਕੰਮ ਕਰਦਾ, ਉਸ ਦੀਆਂ ਆਪਣੀਆਂ ਖਾਹਿਸ਼ਾਂ ਨੇ, ਆਪਣੀ ਪੋਲੀਟਿਕਸ ਹੈ। ਇਹਨੂੰ ਇਕੱਠਾ ਕਰਕੇ ਜਿਹੜੀ ਪੋਲੀਟਿਕਸ ਦਾ ਇਹੀ ਅਸਲ ਚ ਮਜਾਜ ਹੁੰਦਾ ਸਭ ਤੋਂ ਵੱਡਾ, ਪੋਲੀਟਿਕਸ ਸਮੁੱਚੀ ਸੁਸਾਇਟੀ ਨੂੰ ਕਿਸੇ ਲੜੀ ਚ ਪਰੋਂਦੀ ਹੈ, ਸਮੁੱਚਤਾ ਨੂੰ, ਜਿਹੜੀ ਜਿਹੜੀ ਚਾਹੇ ਬੇਚੈਨੀ ਆ ਉਹਨੂੰ ਕਿਵੇਂ ਦਰੁਸਤ ਕਰਨਾ, ਹਰ ਇੱਕ ਨੂੰ ਆਪਣੇ ਖੇਤਰ ਦੇ ਵਿੱਚ ਕਿਸ ਢੰਗ ਨਾਲ ਫਾਇਦਾ ਪਹੁੰਚਣਾ ਚਾਹੀਦਾ, ਉਹ ਪੋਲੀਟੀਕਲ ਨੌਲੇਜ ਦਾ ਜਿਹੜਾ ਨੌਲੇਜ ਖੇਤਰ ਸੀ ਸਾਡਾ, ਉਹ ਸਾਡੇ ਕੋਲੋਂ ਮਿਸਿੰਗ ਹੈ ਕਾਫੀ ਲੰਬੇ ਸਮੇਂ ਤੋਂ। ਜਿਹੜੀ ਜਿਹੜਾ ਉਹ ਨੌਲੇਜ ਦਾ ਲੈਵਲ ਪੈਦਾ ਹੋਣਾ ਸੀ, ਥਿੰਕ ਟੈਂਕ ਦਾ ਲੈਵਲ ਪੈਦਾ ਹੋਣਾ ਸੀ, ਪਬਲਿਕ ਇੰਟਲੈਕਚੁਅਲ ਪੈਦਾ ਹੋਣੇ ਸੀ, ਜਿਹੜੇ ਉਸ ਮੂਵਮੈਂਟ ਦੇ ਹਾਣਦੇ ਹੁੰਦੇ, ਐਡੇ ਵੱਡਾ ਇੱਕ ਗਰੁੱਪ ਹੁੰਦਾ ਕੋਈ ਜਿਹੜਾ ਇਹਨੂੰ ਪ੍ਰਭਾਵਿਤ ਕਰ ਸਕਦਾ ਜਾਂ ਇਹਨੂੰ ਪ੍ਰਭਾਸ਼ਿਤ ਕਰ ਸਕਦਾ ਠੀਕ ਤਰੀਕੇ ਦੇ ਨਾਲ, ਜਿਹਦੇ ਚੋਂ ਇਹ ਚੀਜ਼ਾਂ ਨਿਕਲਣੀਆਂ ਸੀ। ਹੁਣ ਵੀ ਇਹੀ ਕੋਸ਼ਿਸ਼ਾਂ ਤੋਂ ਬਿਨਾਂ ਮੇਰਾ ਖਿਆਲ ਹੈ ਪੰਜਾਬ ਦਾ ਇਲਾਜ ਨਹੀਂ। ਆ ਵੋਟਾਂ ਆਉਣਗੀਆਂ, ਵੋਟਾਂ 'ਚ ਇੱਕ ਧਿਰ ਨੇ ਜਿੱਤਣਾ ਜਾਂ ਦੂਜੀ ਨੇ, ਹਾਂ ਜੇ ਤਾਂ ਅਲਾਇੰਸ ਹੋ ਗਿਆ ਤਾਂ ਹੋਰ ਤਰ੍ਹਾਂ ਦਾ ਰਿਜ਼ਲਟ ਹੋਏਗਾ, ਤਾਂ ਅਲਾਇੰਸ ਅਕਾਲੀ ਬੀਜੇਪੀ ਨੂੰ ਵੀ ਕਿਤੇ ਨਾ ਕਿਤੇ ਹੋਰ ਤਰ੍ਹਾਂ ਕਰਨਾ ਪਊਗਾ। ਜੇ ਅੱਡ ਅੱਡ ਲੜੇ ਤਾਂ ਸ਼ਾਇਦ ਚਾਰੇ ਲੜ ਲੈਣ, ਅੱਡ ਅੱਡ ਲੜੇ ਤਾਂ ਬੀਜੇਪੀ ਅਕਾਲੀ ਅਲੱਗ ਅਲੱਗ ਵੀ ਲੜ ਸਕਦੇ ਨੇ, ਫਿਰ ਸ਼ਾਇਦ ਉਹਨਾਂ ਦੀ ਮਜਬੂਰੀ ਉਹੀ ਜੀ ਨਾ ਹੋਵੇ, ਇਹ ਵੀ ਅੱਡ ਅੱਡ ਲੜੇ। ਤਾਂ ਪੰਜਾਬ ਦੇ ਵਿੱਚ ਕੌਣ ਜਿੱਤਦਾ? ਬਾਕੀ ਪਾਰਲੀਮੈਂਟ 'ਚ 13 ਬੰਦੇ ਭੇਜਣੇ, ਪੰਜਾਬ ਦੀ ਪ੍ਰੈਫਰੈਂਸ ਰਹੀ ਹੈ ਇਹਦੇ ਨਾਲ। ਇਹ ਪੰਜਾਬ ਇਹਨੂੰ ਬਹੁਤਾ ਤਵੱਜੋ ਨਹੀਂ ਦਿੰਦਾ, ਉਹ ਵਿਧਾਨ ਸਭਾ ਨੂੰ ਜ਼ਿਆਦਾ ਤਵੱਜੋ ਦਿੰਦਾ ਆਪਦੇ ਤਰੀਕੇ ਦੇ ਨਾਲ, ਕਿ ਸਾਡੇ ਕੋਲ ਇਹੋ ਜਿਹੇ ਲੀਡਰ ਆਉਂਦੇ ਨੇ ਕਿ ਨਹੀਂ ਆਉਂਦੇ ਜਾਂ ਕੀ ਕਰਦੇ ਨੇ। ਇਸੇ ਕਰਕੇ ਪਾਰਲੀਮੈਂਟ ਨੂੰ ਅਸੀਂ ਕਦੇ ਨਾ ਬਹੁਤ ਇਹੋ ਜਿਹੇ ਬੰਦੇ ਭੇਜਦੇ ਰਹੇ ਜਿਹਨੂੰ ਇੱਥੋਂ ਕੱਢਣਾ ਹੁੰਦਾ, ਵੀ ਇੱਥੇ ਪੰਗੇਬਾਜ਼ ਹੈ, ਅਕਾਲੀ ਦਲ ਵੀ ਉਹਨੂੰ ਟਿਕਟ ਦੇ ਦਿੰਦਾ, ਕਾਂਗਰਸ ਵੀ ਉਹਨਾਂ ਨੂੰ ਕੱਢ ਦਿੰਦਾ ਵੀ ਤੁਸੀਂ ਉੱਥੇ ਜਾਓ, ਉੱਥੇ ਅਸੀਂ ਉਸ ਕੱਦ ਦੇ ਬੰਦੇ ਅਜੇ ਭੇਜਦੇ ਨਹੀਂ ਜਿਹੜੇ ਨੈਸ਼ਨਲ ਪਲੇਟਫਾਰਮ ਤੇ ਜਾ ਕੇ ਚੰਗੇ ਤਰੀਕੇ ਨਾਲ, ਪੁਖਤਾ ਤਰੀਕੇ ਦੇ ਨਾਲ, ਪਾਰਟੀ ਜਿਹੜੀ ਮਰਜ਼ੀ ਰੱਖਦੇ ਹੋਣ ਪਰ ਪੰਜਾਬ ਉਹਦੇ ਲਈ ਨੰਬਰ 1 ਤਰਜੀਹ ਹੋਵੇ, ਉਹ ਬਹੁਤ ਇੱਕ ਇੰਪੋਰਟੈਂਟ ਚੀਜ਼ ਹੈ। ਮੈਨੂੰ ਲੱਗਦਾ ਇਹਤੇ ਪੰਜਾਬ ਨੂੰ ਫੋਕਸ ਕਰਨਾ ਚਾਹੀਦਾ ਸਾਰੀਆਂ ਪਾਰਟੀਆਂ ਤੇ, ਕਿ ਜਿਹੜੇ ਨੂੰ ਵੀ ਉਤਾਰਨਾ ਹੈ ਪੰਜਾਬ ਦੇ ਵਿੱਚ, ਉਹਦਾ ਕੱਦ ਕਾਠ, ਉਹਦੀ ਬੋਲੀ, ਉਹਦਾ ਗਿਆਨ, ਉਹਦੀਆਂ ਬਾਕੀ ਚੀਜ਼ਾਂ ਘੱਟੋ ਘੱਟ ਇਸ ਮਿਆਰ ਦੇ ਹੋਣ ਕਿ ਉਹ ਪੰਜਾਬੀ ਲੱਗੇ, ਪੰਜਾਬੀ ਦੀ ਗੱਲ ਕਰ ਸਕੇ, ਪੰਜਾਬ ਦੀ ਹੋਣੀ ਦੀ ਬਾਤ ਪਾ ਸਕੇ, ਉਹਦੀ ਮੰਨੇ ਨਾ ਮੰਨੇ ਇੱਕ ਨੈਰੇਟਿਵ ਵਿੱਚ ਆਪਣੀ ਭੂਮਿਕਾ ਨਿਭਾ ਸਕੇ। ਤੁਸੀਂ ਬਿਲਕੁਲ ਠੀਕ ਕਿਹਾ, ਇੰਜ ਹੋਣਾ ਚਾਹੀਦਾ, ਪਰ ਇਹ ਜੇ ਦੂਰ ਦੀ ਕੌਡੀ ਹੈ, ਇਹਦੇ ਤੇ ਬਹਿਸ ਲਗਾਤਾਰ ਚੱਲਣੀ ਚਾਹੀਦੀ ਹੈ, ਔਰ ਇਹ ਲਗਾਤਾਰ ਬਹਿਸ ਵੱਖ ਵੱਖ ਪਲੇਟਫਾਰਮ ਤੇ ਚੱਲਣੀ ਚਾਹੀਦੀ ਹੈ। ਇਹ ਸੈਮੀਨਾਰਾਂ ਦਾ ਹਿੱਸਾ ਹੋਵੇ, ਯੂਨੀਵਰਸਿਟੀਆਂ ਦੀ ਖੋਜ ਦਾ ਹਿੱਸਾ ਹੋਵੇ ਕਿ ਸਾਡੇ ਲੋਕਾਂ ਦੀਆਂ ਬੇਚੈਨੀਆਂ ਕੀ ਨੇ ਔਰ ਇਹਨਾਂ ਦਾ ਹੱਲ ਕੀ ਹੋਵੇ, ਤੇ ਸਾਡੇ ਨੁਮਾਇੰਦੇ ਬਿਹਤਰ ਕਿਵੇਂ ਹੋਣ, ਉਹਨਾਂ ਦਾ ਵਿਜ਼ਨ ਵਿਸ਼ਾਲ ਕਿਵੇਂ ਹੋਵੇ, ਉਹਨਾਂ ਨੂੰ ਪੜ੍ਹਨ ਲਿਖਣ ਦੀ ਆਦਤ ਪਵੇ, ਦੁਨੀਆਂ ਭਰ ਦੇ ਇਤਿਹਾਸ ਨੂੰ ਖੰਗਾਲ ਸਕਣ, ਫਰੋਲ ਸਕਣ, ਸਮਝ ਸਕਣ, ਤੇ ਫਿਰ ਉਹ ਕਿਸੇ ਸਾਊਥ ਤੇ ਜਾਂ ਕਿਸੇ ਹੋਰ ਖਿੱਤੇ ਦੇ MP ਵਾਂਗ ਪਾਰਲੀਮੈਂਟ 'ਚ ਸਾਡੀ ਨੁਮਾਇੰਦਗੀ ਕਰ ਸਕਣ ਤੇ ਇਸ ਖਿੱਤੇ ਦੀ ਅਗਵਾਈ ਕਰ ਸਕਣ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਥੈਂਕ ਯੂ, ਸ਼ੁਕਰੀਆ ਜੀ।